ਭਾਈ ਇਹਨਾਂ ਨੂੰ ਵੋਟ ਪਾਉਣਾ ਮਤਲਬ ਉਰੇ ਬੰਬ ਚਲਵਾਉਣੇ ਪਹਿਲਾਂ ਹੀ ਚਿੱਟੇ ਦੇ ਵਪਾਰੀ ਨੇ ਹੁਣੇ ਸਭ ਤੋਂ ਵੱਡੇ ਟੈਰਰਿਸਟ ਆ ਉਹਨਾਂ ਦੀ ਸਪੋਰਟ ਲੈ ਕੇ ਆ ਗਏ ਅੱਗੇ ਜਲਾਲਾਬਾਦ ਵਾਗ ਗਏ ਸੀਗੇ ਹੁਣ ਇੱਧਰ ਚੱਕਰ ਖੜਦੇ ਫਿਰਦੇ ਆ ਮਾਨਸਾ ਜਿਹੜੇ ਚ ਕਰ ਜਾਣੀਆਂ ਸੈਟਿੰਗ ਕੋਈ ਨਾ ਕੋਈ ਥੋੜੇ ਹੱਸੀ ਵੀ ਦੱਸ ਰਹੀ ਆ ਇਹ ਸੱਚ ਸੀ ਅਸੀਂ ਰੋਕਣਾ ਆਮ ਆਦਮੀ ਨੂੰ ਤੇ ਚ ਤੋਲੇ ਬੰਦੇ ਚ ਮਸੇ ਬਿਆਨ ਬੜੇ ਬਦਲਦੇ ਆ ਬੜਾ ਕਮਾ ਕੇ ਗੱਲ ਕਰਦੇ ਸਿਆਸਤ ਹੀ ਇਹ ਹੈ ਉਡੇ ਰਾਂ ਇਹ ਵੀ ਕਹਿੰਦਾ ਵੀ ਆ 2020 ਖਾਲਿਸਤਾਨੀ ਬਹੁਤ ਨੇ ਅਮਰੀਕਾ ਕੈਨੇਡਾ ਕੱਢੇ ਹੋ ਸਾਡੀ ਕੋਈ ਜ਼ਾਇਦਾ ਤੇ ਰਦਰਦੀਪ ਨੂੰ ਦੱਸ ਦਿਓ ਜੇ ਕਿਤੇ ਚੱਲਦਾ ਹੋਇਆ ਮੇਰਾ ਕੋਈ ਕੰਮ ਬਈ ਉਹਦੀ ਜ਼ਿੰਦਗੀ ਆ ਉਹ ਸ਼ਰਾਬ ਪੀਏ ਨਾ ਪੀਏ ਕਦ ਪੀਏ ਕਿਵੇਂ ਪੀਏ ਬੜੇ ਕਹਿੰਦੇ ਆ ਵੀ ਚੰਨੀ ਸਾਹਿਬ ਖੱਡਾਂ ਵਾਲਿਆਂ ਨਾਲ ਤਾਂ ਸਮਝੌਤਾ ਕਰ ਗਏ ਐਡੀ ਕਿੱਡੀ ਕਬੜੀ ਗੱਲ ਆ ਯਾਰ ਰੇਤਾ ਕਹਿੰਦੇ ਤਾਂ ਸਾਰੀ ਆ ਵੀ ਸਾਡਾ ਚੱਟਾ ਦਾਵਣਾ ਕਹਿੰਦੇ ਤਾਂ ਹਰੀ ਅਸੀਂ ਚਿੱਟੇ ਕੱਪੜੇ ਪਾਉਣੇ ਆ ਨੇਸੀ ਤਾਂ ਕਾਲੇ ਵੀ ਪਾਏ ਆ ਇਸ ਗੱਲ ਤੇ ਤਾਂ ਮੈਨੂੰ ਅੱਗ ਲੱਗ ਜਾਂਦੀ ਮੈਂ ਕੱਪੜੇ ਤੋਂ ਬਾਹਰੋਂ ਕਿਉਂ ਅੰਮ੍ਰਿਤਸਰ ਦੀ ਜੇ ਗੱਲ ਕਰਦੇ ਆ ਜਿੱਥੇ ਮੇਰੀ ਨਜ਼ਰ ਸੀ ਸਿੱਧੂ ਹੋ ਰਿਹਾਗਾ ਮੈਂ ਕਹਦੀ ਐਂਡ ਕੁੰਡੀਆਂ ਦੇ ਸਿੰਘ ਫਸੇ ਔ ਨਿਤਰੂ ਫਿਰ ਬੜੇਵੇਂ ਖਾਂਗੇ ਕੌਣ ਹੋ ਉਹ ਕਿਸੇ ਦੀ سپورਟ ਕਰ ਰਹੇ ਹਾਂ ਯਾਕਰ ਸਾਹਿਬ ਨੇ ਜੋ ਕੀਤਾ ਉਹ ਯਾਕਰ ਸਾਹਿਬ ਨੇ ਠੀਕ ਕੀਤਾ ਕਿਉਂਕਿ ਕਿਉਂ ਬਿਲਕੁਲ ਸੱਚ ਹੈ ਕਿਉਂਕਿ ਚੰਨੀ ਸਾਹਿਬ ਤਾਂ ਬਿਲਕੁਲ ਨਹੀਂ ਚੀ ਹੈ ਨਹੀਂ ਜਿਨ੍ਹਾਂ ਨੂੰ ਅਸੀਂ ਨਹੀਂ ਟਿਕਟਾਂ ਦਿੱਤੀਆਂ ਉਹ ਤੁਹਾਡੇ ਕੈਂਡੀਡੇਟ ਨੇ ਜਿਨ੍ਹਾਂ ਕਾਲੀ ਦਲ ਨੇ ਨਹੀਂ ਟਿਕਟਾਂ ਦਿੱਤਾ ਉਹ ਤੁਹਾਡੇ ਕੈਂਡੀਡੇਟ ਨੇ ਇਹਨਾਂ ਤੋਂ ਕੀ ਕਰਵਾਉਂਗੇ ਹਰ ਇੱਕ ਬੰਦੇ ਜਿਹਦੇ ਗੱਡੀ ਚ ਤਾਂ ਮੂਸੇ ਵਾਲਾ ਤੁਹਾਡੀ ਗੱਡੀ ਚ ਕੀ ਚੱਲਦਾ ਮੇਰੀ ਗੱਡੀ ਤਾਂ ਪੁਰਾਣੀ ਚੱਲਦੇ ਆ ਤੁਹਾਨੂੰ ਲੱਗਦਾ ਹੈ ਕਿ ਅਭੀ ਕਲੀਅਰ ਹੋ ਚੁੱਕਾ ਹੈ ਚੰਨੀ ਸਾਹਿਬ ਹੀ ਬਿਲਕੁਲ ਸੌਪਰ ਸਿਕਾਲ ਜੀ ਤੁਸੀਂ ਦੇਖ ਰਹੇ ਹੋ ਆਰਐਮਪੀ ਟੈਲੀਵਿਜ਼ਨ ਮੈਂ ਰਤਨਦੀਪ ਸਿੰਘ ਢਾਲੀਵਾਲ ਜੇ ਅਸੀਂ ਪੰਜਾਬ ਦੀ ਸਿਆਸਤ ਦੀ ਗੱਲ ਕਰਦੇ ਹਾਂ ਪੰਜਾਬ ਦੀ ਸਿਆਸਤ ਦੇ ਵਿੱਚ ਆਏ ਦਿਨ ਬੜਾ ਕੁਝ ਬਦਲ ਰਿਹਾਗਾ ਪਰ ਵਿਧਾਨ ਸਭਾ 2022 ਦੇ ਵਿੱਚ ਕੀ ਕੁਝ ਹੋਣ ਵਾਲਾਗਾ ਬੜੇ ਲੋਕ ਕਹਿ ਰਹੇ ਨੇ ਵੀ ਹੰਗ ਅਸੈਂਬਲੀ ਹੋ ਸਕਦੀ ਆ ਖਿਚੜੀ ਬਣ ਸਕਦੀ ਆ ਪਰ ਪਾਰਟੀਆਂ ਜਿਹੜੀਆਂ ਚਾਹੇ ਉਹ ਕਾਂਗਰਸ ਹੋਵੇ ਆਮ ਆਦਮੀ ਪਾਰਟੀ ਹੋਵੇ ਜਾਂ ਸ਼ਰੋਮੀ ਅਕਾਲੀ ਦਲ ਹੋਵੇ ਉਹ ਦਾਅਵੇ ਕਰ ਰਹੇ ਨੇ ਵੀ ਅਸੀਂ 70 ਸੀਟਾਂ ਲੈ ਜਾਾਂਗੇ ਅਸੀਂ 80 ਲੈ ਜਾਾਂਗੇ ਅਸੀਂ ਕਲੀਅਰ ਮੈਜੋਰਟੀ ਦੇ ਨਾਲ ਸਰਕਾਰ ਬਣਾਵਾਂਗੇ ਪਰ ਅਸਲ ਦੇ ਵਿੱਚ ਚੱਲ ਕੀ ਰਿਹਾਗਾ ਸਤਤਰ ਪਾਰਟੀ ਦੀ ਗੱਲ ਕਰਾਂਗੇ ਕਾਂਗਰਸ ਦੀ ਗੱਲ ਕਰਾਂਗੇ ਤੇ ਗੱਲ ਕਰਾਂਗੇ ਖਾਸ ਕਰਕੇ ਮਾਲਵੇ ਖਿੱਤੇ ਦੀ ਕੀ ਰਹਿਣ ਵਾਲਾਗਾ ਮਾਲਵੇ ਖਿੱਤੇ ਦੇ ਸੰਕਰਨ ਸਾਡੇ ਨਾਲ ਇਸ ਵਿਸ਼ੇਸ਼ ਮੁਲਾਕਾਤ ਦੇ ਵਿੱਚ ਮੌਜੂਦ ਰਹਿਣਗੇ ਐਮਪੀ ਲੁਧਿਆਣਾ ਸਰਦਾਰ ਰਵਨੀਤ ਸਿੰਘ ਬਿੱਟੂ ਬਿੱਟੂ ਸਾਹਿਬ ਸਵਾਗਤ ਹੈ ਸਿਕਾ ਰਤਨ ਜੀ ਧੰਨਵਾਦ ਅੱਜ ਆਪਾਂ ਮੈਂ ਸਮਝਦਾ ਕਿਸਾਨ ਐਜੀਟੇਸ਼ਨ ਤੋਂ ਬਾਅਦ ਅੱਜ ਮੇਲ ਹੋਇਆ ਜੀ ਤੇ ਪੂਰਾ ਜਿਹੜਾ ਤੁਹਾਡੀ ਕੰਪਨੀ ਲਿਖੀ ਹੈ ਸੁਪਰ ਡਰਾਏ ਜੀ ਸੁਪਰ ਡਰਾਏ ਨਹੀਂ ਰਹਿੰਦਾ ਜੀ ਪੂਰਾ ਸਭ ਕੁਝ ਮੈਂ ਸਮਝਦਾ ਚਿਕਨਾ ਹੋਊਗਾ ਇਹ ਥੰਦੇਾਈ ਨਾ ਸਾਰੀ ਇਲੈਕਸ਼ਨ ਆ ਜਿਹੜੀ ਉਹ ਲੜੀ ਰਊ ਜਿਵੇਂ ਤੁਸੀਂ ਕਿਹਾ ਮਾਲਵਾ ਜੀ ਮਾਲਵੇ ਚੋ ਵੀ ਆ ਜ਼ਿਲੇ ਬਠਿੰਡਾ ਮਾਂਤਸਾ ਜੀ ਸੰਗਰੂਰ ਬਰਨਾਲਾ ਹੂੰ ਇਹ ਹਰ ਬੰਦਾ ਕਿਸੇ ਵੀ ਪਾਰਟੀ ਨਾਲ ਸੰਬੰਧਿਤ ਹੋਵੇ ਜੀ ਮੈਂ ਸਮਝਦਾ ਜਿਵੇਂ ਕਬੱਡੀ ਦੀ ਰੇਡ ਪੈਂਦੀ ਆ ਨਾ ਜਦੋਂ ਰੇਡ ਪੈਂਦੀ ਆ ਕਿਸ ਤਰੀਕੇ ਨਾਲ ਧਿਆਨ ਹੁੰਦਾ ਉਸ ਤਰੀਕੇ ਨਾਲ ਕੱਲਾ ਕੱਲਾ ਜਿਹੜਾ ਇਸ ਏਰੀਏ ਦਾ ਤੁਸੀਂ ਵੀ ਸੰਬੰਧ ਰੱਖਦੇ ਹੋ ਇਸ ਏਰੀਏ ਨੂੰ ਤੇ ਉਸ ਤਰੀਕੇ ਨਾਲ ਕੱਲੇ ਕੱਲੇ ਦੀ ਅੱਖ ਆ ਜਿਹੜੀ ਉਹ ਸਿਆਸਤ 'ਚ ਲੱਗੀ ਹੁੰਦੀ ਆ ਸਭ ਕੰਮ ਕਾਰ ਛੱਡ ਦਿੰਦੇ ਆ ਟੋਟਲ ਅਖਬਾਰ ਆ ਜਿਹੜਾ ਅੱਜਕੱਲ ਨਵਾਂ ਥੋੜਾ ਆ ਗਿਆ ਵੈਬ ਮੀਡੀਆ ਇਹਦੇ ਉੱਤੇ ਤੇ ਪਿੰਡ 'ਚ ਜਿੱਥੇ ਵੀ ਸੱਥਾ ਏ ਉੱਥੇ ਸਿਰਫ ਇਲੈਕਸ਼ਨ ਡਿਸਕਸ ਹੁੰਦੀ ਆ ਪੋਲਿਟਿਕਸ ਡਿਸਕਸ ਹੁੰਦੀ ਆ ਉਸ ਤੋਂ ਬਾਅਦ ਕੋਈ ਹੋਰ ਕੰਮ ਨਹੀਂ ਆ ਦੇਣਾ ਚ ਜੀ ਰਵਨੀ ਜੀ ਤੁਸੀਂ ਰੇਡ ਦੀ ਗੱਲ ਕੀਤੀ ਆ ਪਰ ਜੇ ਕਾਂਗਰਸ ਦੀ ਗੱਲ ਕਰਦੇ ਆ ਕਹਿੰਦੇ ਕਾਂਗਰਸ ਦਾ ਵਿਰੋਧੀ ਕਾਂਗਰਸੀ ਹੀ ਆ ਕਈ ਲੋਕ ਠੱਬੀ ਲਾਉਣ ਦੀ ਕੋਸ਼ਿਸ਼ ਕਰ ਰਹੇ ਆ ਮੁੱਖ ਮੰਤਰੀ ਦੀ ਰੇਸ ਨੂੰ ਲੈ ਕੇ ਬੜਾ ਰੌਲਾ ਚੱਲ ਰਿਹਾ ਇਹ ਚ ਕੋਈ ਸ਼ੱਕ ਨਹੀਂ ਵੀ ਕਾਂਗਰਸ ਪਾਰਟੀ ਆ ਜਿਹੜੀ ਉਹ ਇੱਕ ਤਾਂ ਸਭ ਤੋਂ ਪੁਰਾਣੀ ਪਾਰਟੀ ਆ ਜੀ ਸਭ ਤੋਂ ਵੱਡੀ ਪਾਰਟੀ ਆ ਤੁਸੀਂ ਮੁਲਕ ਚ ਮੈਂ ਮੁਲਕ ਦੀ ਗੱਲ ਕਰਦਾ ਅੱਜ ਪ੍ਰਧਾਨ ਮੰਤਰੀ ਜਾਂ ਹੋਮ ਮਿਨਿਸਟਰ ਨੂੰ ਛੱਡ ਕੇ ਜੇ ਦੂਜੇ ਵੱਡੀਆਂ ਪਾਰਟੀਆਂ ਕਿਸੇ ਵੱਲ ਵੀ ਝਾਤ ਮਾਰੋ ਤਾਂ ਤਕਰੀਬਨ ਉਹਨਾਂ ਦੇ ਲੀਡਰ ਨੇ ਜਿਹੜੇ ਅੱਜ ਉਹ ਕਾਂਗਰਸ ਪਾਰਟੀ ਚੋਂ ਕਿਤੇ ਨਾ ਕਿਤੇ ਰਹੇ ਨੇ ਕਿਤੇ ਨਾ ਕਿਤੇ ਕਾਂਗਰਸ ਪਾਰਟੀ ਚੋਂ ਗਏ ਆ ਚਾਹੇ ਉਹ ਅੱਜ ਬੀਜੇਪੀ ਦੇ ਐਮਪੀ ਹੋਣ ਚਾਹੇ ਤੁਸੀਂ ਮੰਮਤਾ ਜੀ ਲਾ ਲੋ ਚਾਹੇ ਤੁਸੀਂ ਸ਼ਰਦ ਪਵਾਰ ਜੀ ਲਾ ਲੋ ਮਤਲਬ ਇਹ ਤਾਂ ਮੈਂ ਤੁਹਾਨੂੰ ਇੱਕ ਦੋ ਨਾਂ ਗਿਣਾਏ ਆ ਹਰ ਬੰਦਾ ਜਿਹੜਾ ਏ ਉਹ ਇਸੇ ਤਰੀਕੇ ਨਾਲ ਕਾਂਗਰਸ ਇਲੈਕਸ਼ਨ ਲੜਦਾ ਰਿਹਾ ਉਰੇ ਵੀ ਚਾਹੇ ਪ੍ਰਕਾਸ਼ ਸਿੰਘ ਬਾਦਲ ਹੋਣਾਂ ਦੀ ਗੱਲ ਕਰ ਲੋ ਉਹ ਵੀ ਕਿਸੇ ਵੇਲੇ ਕਾਂਗਰਸ ਚ ਰਹੇ ਇਸ ਕਰਕੇ ਕਾਂਗਰਸ ਵੱਡੀ ਪਾਰਟੀ ਹੋਣ ਕਰਕੇ ਇਹਦੇ ਵਿੱਚੋਂ ਲੀਡਰ ਆਏ ਆ ਲੀਡਰ ਨਿਕਲਦੇ ਰਹਿੰਦੇ ਆ ਤੇ ਇਹ ਇੱਕ ਇੱਕ ਫੈਕਟਰੀ ਆ ਜਿਹਦੇ ਵਿੱਚ ਸਾਂਚੇ ਤਿਆਰ ਹੁੰਦੇ ਰਹਿੰਦੇ ਆ ਤੇ ਉਹ ਕਦੇ ਨਾ ਕਦੇ ਕਿਤੇ ਨਾ ਕਿਤੇ ਹੋਰ ਆਪਣਾ ਤਜਰਬਾ ਜਿਹੜਾ ਉਹ ਕਰਦੇ ਇਹ ਚ ਕੋਈ ਸ਼ੱਕ ਨਹੀਂ ਪਰ ਜਿਹੜੀ ਤੁਸੀਂ ਪੰਜਾਬ ਦੀ ਇਸ ਵੇਲੇ ਗੱਲ ਕੀਤੀ ਆ ਮੈਂ ਕੋਈ ਪੰਡਤ ਨਹੀਂ ਕੋਈ ਮੈਂ ਪਹਿਲਾਂ ਕਿਸੇ ਚੀਜ਼ ਨੂੰ ਇਹ ਨਹੀਂ ਹੈ ਵੀ ਅਨੁਭਵ ਕਰ ਸਕਦਾ ਪਰ ਜੋ ਲੋਕਾਂ ਦੀ ਨਾਬਜਾ ਮੈਂ ਇਸ ਵੇਲੇ ਜਿਹੜੀ ਮੇਰੀ ਆਪਦੀ ਮੈਂ ਇਲੈਕਸ਼ਨ ਕੈਂਪੇਨ ਉਹ ਮੈਂ ਚਾਹੇ ਲੁਧਿਆਣੇ ਚ ਹੋਵੇ ਜੀ ਚਾਹੇ ਲੁਧਿਆਣਾ ਜ਼ਿਲ੍ਹਾ ਸਭ ਤੋਂ ਵੱਡਾ ਪੰਜਾਬ ਦਾ 14 ਵਿਧਾਨ ਸਭਾ ਹਲਕੇ ਪੈਂਦੇ ਆ ਚਾਹੇ ਨਾਲ ਫਤਿਹਗੜ੍ਹ ਸਾਹਿਬ ਹੋਵੇ ਪਾਰਲੀਮੈਂਟ ਕੌਂਸਲ ਸੀ ਚਾਹੇ ਆਨੰਦਪੁਰ ਸਾਹਿਬ ਜੀ ਚਾਰ ਜ਼ਿਲ੍ਹੇ ਪੈ ਪਏ ਜਾਂਦੇ ਆ ਗੜਸ਼ੰਕਰ ਹੁਸ਼ਿਆਰਪੁਰ ਨਮਾਸ਼ਹਿਰ ਰੋਪੜ ਤੇ ਮਹਾਲੀ ਤੇ ਚਾਹੇ ਮੈਂ ਇੱਥੇ ਮਾਨਸੇ ਦੀ ਗੱਲ ਕਰਾਂ ਤੇ ਮੈਂ ਇਹ ਤੁਹਾਨੂੰ ਦੱਸ ਸਕਦਾ ਵੀ ਲੋਕਾਂ ਨਾਲ ਜਿਹੜੀ ਗੱਲ ਕੀਤੀ ਆ ਜਾਂ ਜਿਹੜੇ ਟੈਲੀਫੋਨ ਵੀ ਬਹੁਤ ਜਿਹੜੇ ਪਾਰਟੀ ਨੇ ਕਰਵਾਏ ਨੇ ਲੋਕਾਂ ਨੂੰ ਵੀ ਜੇ ਦੱਸੋ ਇੱਕ ਨੰਬਰ ਚਰਨਜੀਤ ਚੰਨੀ ਦੇ 2 ਨੰਬਰ ਨਵਜੋਤ ਸਿੱਧੂ ਦਾ ਜਾਂ ਜੇ ਕੋਈ ਤੀਜਾ ਨਾਮ ਦੇਣਾ ਚਾਹੁੰਦੇ ਹੋ ਤਾਂ ਉਹ ਨਾਮ ਦੋ ਜਿਹਦੇ ਨਾਲ ਵੀ ਗੱਲ ਕੀਤੀ ਉਹ ਕਹਿੰਦਾ ਜੀ ਮੈਂ ਤਾਂ ਚਰਨਜੀਤ ਚੰਨੀ ਜੀ ਬਾਰੇ ਕਿਹਾ ਹੂੰ ਕਿਉਂ ਕਿਹਾ ਕਿਉਂਕਿ ਜਿਹੜਾ ਚਰਨਜੀਤ ਚੰਨੀ ਜੀ ਇੱਕ ਆਮ ਆਦਮੀ ਇੱਕ 111 ਦਿਨ ਜੋ ਉਹਨਾਂ ਨੇ ਕਰਕੇ ਦਿਖਾਇਆ ਅਫਸਰਾਂ ਦੀਆਂ ਸ਼ਿਫਟਾਂ ਬਦਲ ਜਾਂਦੀਆਂ ਸੀ 8 ਘੰਟੇ ਬਾਅਦ ਪਰ ਉਹ ਇਨਸਾਨ ਉੱਥੇ ਦਾ ਉੱਥੇ ਸੀ ਇਸ ਕਰਕੇ ਅੱਜ ਹੋ ਜੇ ਚਾਹੇ ਦੋ ਦਿਨ ਠਹਿਰ ਕੇ ਹੋ ਜੇ ਮੈਨੂੰ ਜਿਹੜੀ ਉਮੀਦ ਆ ਜੋ ਪਾਰਟੀ ਵਰਕਰ ਚਾਹੁੰਦਾ ਏ ਜਾਂ ਪੰਜਾਬ ਚਾਹੁੰਦਾ ਏ ਉਹ ਅਗਲਾ ਕਾਂਗਰਸ ਪਾਰਟੀ ਦਾ ਮੁੱਖ ਮੰਤਰੀ ਚਿਹਰਾ ਚਰਨਜੀਤ ਚੰਨੀ ਜੀ ਨੂੰ ਦੇਖਣਾ ਚਾਹੁੰਦਾ ਏ ਤੇ ਉਹੀ ਚਿਹਰਾ ਜਿਹੜਾ 100% ਸਾਡਾ ਹੋਣਗੇ ਬਿੱਟੂ ਜੀ ਤੁਸੀਂ ਐਜ਼ ਅ ਕਾਂਗਰਸ ਪਾਰਟੀ ਵਰਕਰ ਤੁਸੀਂ ਵੀ ਟੱਲੀ ਖੜਕਾਈ ਹੋ ਇੱਕ ਨੰਬਰ ਨੱਪਾ ਕੇ ਦੋ ਨਹੀਂ ਮੈਨੂੰ ਹਜੇ ਇਸ ਗੱਲ ਦਾ ਮੈਂ ਝੂਠ ਨਹੀਂ ਬੋਲਦਾ ਤੁਹਾਡੇ ਕੋਲੇ ਮੈਨੂੰ ਮੇਰੇ ਨੰਬਰ ਤੇ ਟੈਲੀਫੋਨ ਨਹੀਂ ਆਇਆ ਪਰ ਜਿਹੜੇ ਮੇਰੇ ਨਾਲ ਦੇ ਕੁਝ ਲੋਗ ਨੇ ਉਹਨਾਂ ਨੂੰ ਟੈਲੀਫੋਨ ਜ਼ਰੂਰ ਆਏ ਨੇ ਤੇ ਉਹਨਾਂ ਨੇ ਜਿਹੜੇ ਮੇਰੇ ਨਾਲ ਦੇ ਸਮਝ ਲਓ ਮੇਰਾ ਹੀ ਉਹ ਜੀ ਸਮਝ ਲਓ ਉਹਨਾਂ ਨੇ ਸਾਰਿਆਂ ਨੇ ਇੱਕ ਨੰਬਰ ਦੱਬਿਆ ਸੱਜ ਸੱਜ ਦੱਸਿਓ ਵੀ 111 ਦਿਨਾਂ ਦੇ ਵਿੱਚ ਅੰਨੀ ਸਾਹਿਬ ਕਹਿੰਦੇ ਆ ਵੀ 1100 ਦਿਨਾਂ ਦਾ ਕੰਮ ਕਰਤਾ ਕੱਚੇ ਮਜ਼ਦੂਰਾਂ ਵਾਲੇ ਬੋਰਡ ਲੱਗੇ ਸੀਗੇ ਉਹ ਨਹੀਂ ਪੱਕੇ ਹੋਏ ਹੋਰ بڑا ਕੋਸ਼ਾ ਲੋਕ ਕਹਿੰਦੇ ਸਾਡੇ ਬਿੱਲ ਨਹੀਂ ਮਾਫ ਹੋਏ بڑے ਮਾਲਵੇ ਕਿਤੇ ਦੀ ਗੱਲ ਕਰਦੇ ਆ ਗਰੀਬਾਂ ਨੂੰ ਘਰ ਨਹੀਂ ਮਿਲੇ ਤੁਹਾਨੂੰ ਲੱਗਦਾਗਾ ਵੀ ਇੱਕ ਸਟੰਟ ਖੇਡਿਆਗਾ ਵਿਰੋਧੀ ਵੀ ਕਹਿੰਦੇ ਵੀ ਇੱਕ ਸਟੰਟ ਖੇਡਤਾ ਕਾਂਗਰਸ ਨੇ ਪਰ ਉਹ ਸਟੰਟ ਚੱਲਣਾ ਨਹੀਂ ਨਹੀਂ ਸਭ ਤੋਂ ਵੱਡੀ ਗੱਲ ਸਭ ਤੋਂ ਵੱਡੀ ਗੱਲ ਤਾਂ ਜਿਹੜੀ ਮੇਰੇ ਗ੍ਰੈਂਡਫਾਦਰ ਨੇ ਸਭ ਤੋਂ ਵੱਡਾ ਕੰਮ ਉਹਨਾਂ ਨੇ ਇਹ ਕਿਹਾ ਸੀ ਵੀ ਜੇ ਮੇਰੀ ਸਰਕਾਰ ਬਣੀ ਮੈਂ ਟਰੋਰਿਜ਼ਮ ਖਤਮ ਕਰੂੰਗਾ ਉਹ ਉਹਨਾਂ ਨੇ ਖਤਮ ਕੀਤਾ ਉਸ ਤੋਂ ਬਾਅਦ ਉਹ ਰਹੇ ਨਹੀਂ ਰਹੇ ਸ਼ਹੀਦ ਹੋ ਗਏ ਉਹਨਾਂ ਦੀ ਜਿਹੜੀ ਗੱਲ ਸੀ ਪੂਰੀ ਹੋ ਗਈ ਸਾਡਾ ਸਭ ਤੋਂ ਵੱਡਾ ਏਸੀ ਵੀ ਜਿਹੜਾ ਚਿੱਟੇ ਚਿੱਟੇ ਦੇ ਵਪਾਰੀ ਨੇ ਉਹਨਾਂ ਨੂੰ ਸਲਾਕਾਂ ਪਿੱਛੇ ਸੱਟਣਾ ਸਭ ਤੋਂ ਵੱਡੀ ਜਿਹੜੀਆਂ ਮਾਮਾ ਤੜਫ ਤੜਫ ਜਿਨ੍ਹਾਂ ਦੇ ਬੱਚੇ ਡੀਡਿਕਸ਼ਨ ਸੈਂਟਰਾਂ 'ਚ ਰੀਹੈਬਿਲੀਟੇਸ਼ਨ ਸੈਂਟਰਾਂ 'ਚ ਕੋਈ ਸੜਕ ਤੇ ਕਿਸੇ ਦੇ ਟੀਕਾ ਫਸਿਆ ਪਿਆ ਉਹ ਤੜਫ ਕੇ ਮਰ ਰਿਹਾ ਉਹਦੇ ਸਰਗਨਾ ਜਿਹੜੇ ਸਰਦਾਰ ਵਿਕਰਮਜੀਤ ਸਿੰਘ ਮਜੀਠੀਆ ਕਿਸੇ ਤੇ ਹਿੰਮਤ ਨਹੀਂ ਪਈ ਸੀ ਪਰਚਾ ਦੇਣ ਦੀ ਚਾਹੇ ਉਹ ਕਾਲੀਦਰ ਬੀਜੇਪੀ ਦੀ ਸਰਕਾਰ ਰਹੇ ਚਾਹੇ ਸੈਂਟਰ ਦੀ ਬੀਜੇਪੀ ਸਰਕਾਰ ਹੋਵੇ ਚਾਹੇ ਸਾਡੀ ਉਹ ਕੈਪਟਨ ਅਮਰਿੰਦਰ ਸਿੰਘ ਰਹੇ ਹੋ ਤਾਂ ਚਰਨਜੀਤ ਚੰਨੀ ਬੜੀਆਂ ਔਕਣਾ ਆਈਆਂ ਡੀਜੀਪੀ ਦੀ ਆਈ ਵੇ ਦਿਨ ਅਸੀਂ ਕੋਈ ਏਜੀ ਤੇ ਕਰ ਰਿਆ ਸੀ ਕੋਈ ਕਿਸੇ ਤੇ ਕਰ ਰਿਆ ਸੀ ਕਿਉਂਕਿ ਨਵੇਂ ਸੀਐਮ ਬਣੇ ਸੀ ਬੜਾ ਭਾਰ ਸੀ ਬੜੇ ਦਿਨ ਸੀ ਬੜੇ ਕਦਾਵਰ ਲੀਡਰ ਸੀ ਉਹਨਾਂ ਦੇ ਬਰਾਬਰ ਜਿਹੜੇ ਚਾਹੇ ਪੀਸੀਸੀ ਪ੍ਰਧਾਨ ਸੀ ਚਾਹੇ ਉਹ ਕਈ ਮੰਤਰੀ ਸੀ ਪਰ ਉਹਨਾਂ ਨੇ ਉਸ ਵਿਕਰਮਜੀਤ ਮਜੀਠੀਏ ਤੇ ਪਰਚਾ ਵੀ ਕੀਤਾ ਵਿਕਰਮਜੀਤ ਸਿੰਘ ਮਜੀਠੀਆ 20 ਦਿਨ ਇਹ ਰੱਬ ਜਾਣਦਾ ਵੀ ਕਿਹੜੀ ਬੀਜੇਪੀ ਦੀ ਸਟੇਟ ਸੀ ਜਾਂ ਕਿਸੇ ਦੀ ਸਟੇਟ ਸੀ ਪਰ ਪਤਾ ਇਹ ਲੱਗਿਆ ਵੀ ਪਹਾੜਾਂ ਵਾਲੀ ਸਟੇਟ ਸੀ ਕਿਸੇ ਖੁੱਡ ਚ ਕਿਸੇ ਬਿਰਲ ਚ 20 ਦਿਨ ਜਿਹੜਾ ਆਪਣੇ ਆਪ ਨੂੰ ਜਰਮਾਜੇ ਦਾ ਜਰਨੈਲ ਕਹਿੰਦਾ ਉਹ ਰੁਕਿਆ ਰਿਹਾ ਹੁਣ ਵੀ 23 ਤਰੀਕ ਤੱਕ ਉਹਨੂੰ ਮੌਲਤ ਮਿਲੀ ਹੈ 23 ਤਰੀਕ ਨੂੰ ਲੋਅਰ ਕੋਰਟ ਚੋਂ ਨੇ ਸਰੈਂਡਰ ਕਰਨਾ ਜਾ ਕੇ ਉਹ ਸਰਗਣਾ ਨੇ ਉਸ ਤੋਂ ਬਾਅਦ ਦੂਜੀ ਗੱਲ ਸਭ ਤੋਂ ਵੱਡੀ ਗੱਲ ਇਹ ਸੀ ਵੀ ਸੁਖਵੀਰ ਸਿੰਘ ਬਾਦਲ ਵੇਲੇ ਜਿਹੜੇ ਬਹੁਤ ਵੱਡੇ ਕਰਾਨੇ ਨੇ ਜਿਨ੍ਹਾਂ ਦੀਆਂ ਬਿਜਲੀਆਂ ਦੇ ਇਹ ਇਹ ਪਾਵਰ ਪਲਾਂਟ ਲਾਏ ਸੀ ਉਹ ਤੋਂ ਲੁੱਟ ਮੱਚੀ ਜਾ ਰਹੀ ਸੀ ਉਹ ਚੋ ਬਾਦਲਾ ਨੇ ਵੀ ਪੈਸੇ ਖਾਦੇ ਉਸ ਤੋਂ ਬਾਦ ਉਹ ਕੈਪਟਨ ਉਹ ਹੈਂਡਓਵਰ ਹੋ ਗਏ ਉਹ ਇੱਕ ਆਮ ਆਦਮੀ ਸਿੰਪਲ ਗਰੀਬ ਆਦਮੀ ਚਰਨਜੀਤ ਚੰਨੀ ਵੀ ਸਮਝੌਤਾ ਕਰ ਸਕਦਾ ਸੀ ਵੀ ਜਿਹਦੇ ਹਜ਼ਾਰਾਂ ਕਰੋੜ ਜਿਵੇਂ ਉਹਨਾਂ ਦੇ ਘਰੇ ਭੇਜੇ ਚੰਨੀ ਦੇ ਵੀ ਭੇਜ ਦਿੰਦੇ ਪਰ ਉਹਨੇ ਵਾਈਟ ਪੇਪਰ ਵੀ ਲਿਆਂਦਾ ਜਿਹੜੀ ਸਾਡੇ ਮੈਨੀਫੈਸਟੋ ਚ ਸੀ ਤੇ ਬਿਜਲੀ ਆਪਾਂ ਇੱਕ ਮਤਲਬ ਜਿਹੜੇ ਹੁਣ ਬਿੱਲ ਆ ਰਹੇ ਨੇ ਮੇਰੇ ਸ਼ਹਿਰ ਚ ਮੈਂ ਲੁਧਿਆਣੇ ਦੀ ਗੱਲ ਕਰਦਾ ਸਾਰੇ ਲੋਕ ਖੁਸ਼ ਨੇ ਵੀ ਹਾਂ ਬੇਲਾ ਜਿਹੜੇ ਉਹ ਸਾਡੇ ਘਟ ਆਏ ਨੇ ਦੂਜੀ ਜਿਹੜੀਆਂ ਟੈਂਕੀਆਂ ਦੇ ਬਿਲ ਆਉਂਦੇ ਸੀ ਉਹਨੂੰ ਉਹਨਾਂ ਨੇ 50 ਰੁਪਏ ਕੀਤਾ ਜਿਹੜਾ ਕਦੇ ਸੋਚਿਆ ਹੀ ਨਹੀਂ ਸੀ ਲਾਲ ਡੋਰੇ ਆਵਾ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਇਹ ਗੱਲ ਤੁਹਾਡੀ ਕਈ ਗੱਲਾਂ ਚ ਲੋਕਾਂ ਦੀ ਗੱਲ ਸਹੀ ਵੀ ਆ ਹੁਣ ਲਾਲ ਡੋਰੇ ਦਾ ਫੈਸਲਾ ਹੋ ਗਿਆ ਵੀ ਜਿਹਦੀ ਜਿਹੜੀ ਲਾਲ ਡੋਰੇ ਚ ਆ ਉਹਦੀ ਜ਼ਮੀਨ ਉਹਦੇ ਜੀ ਕੁੱਲ ਉਸ ਵਕਤ ਜਦੋਂ ਇਹ ਫੈਸਲਾ ਹੋਇਆ ਪੰਜਾਬ ਸਰਕਾਰ ਦੇ ਕੋਲ ਦਿਨ 4 ਡਰੋਨ ਸੀ ਕੁੱਲ ਹੂੰ ਇੱਕ ਜੜਾਓ ਇੱਕ ਡਰੋਨ ਸਾਰੇ ਦਿਨ ਚ ਚਾਰ ਪਿੰਡ ਨਾ ਤਿੰਨ ਡਰੋਨ ਸੀ ਕੁੱਲ ਜੀ ਤੇ ਚਾਰ ਪਿੰਡ ਉਹ ਇੱਕ ਦਿਨ ਚ ਕਵਰ ਕਰਦਾ ਸੀ ਇੱਕ ਚਰਨਜੀਤ ਚੰਨੀ ਜੀ ਆਪਣੇ ਰੋਪੜ ਜ਼ਿਲ੍ਹੇ ਦੇ ਚੀਫ ਮਿਨਿਸਟਰ ਸੀ ਉਹਨਾਂ ਨੇ ਲਗਾਇਆ ਇੱਕ ਡਿਪਟੀ ਸੀਐਮ ਸੀ ਸੁਖਸ਼ਿੰਦਰ ਰੰਧਾਵਾ ਉਹ ਗੁਰਦਾਸਪੁਰ ਜ਼ਿਲ੍ਹੇ ਚਲਾ ਗਿਆ ਇੱਕ ਮਨਪ੍ਰੀਤ ਸਿੰਘ ਬਾਦਲ ਦੇ ਕਿਉਂਕਿ ਫਾਈਨਾਂਸ ਮਿਨਿਸਟਰ ਸੀ ਉਹ ਬਠਿੰਡੇ ਲੈ ਆਏ ਤੇ ਇਸ ਕਰਕੇ ਉਹ ਜਿੰਨੇ ਕ ਕਵਰ ਕਰਦਾ ਸੀ ਉਹਨੇ ਕੀਤੇ ਪਰ ਇਲੈਕਸ਼ਨ ਕੇ ਵਿੱਚ ਦਾ ਕੋਡ ਲੱਗ ਗਿਆ ਉਸ ਤੋਂ ਬਾਅਦ ਉਹਦਾ ਕੈਬਨਿਟ ਦਾ ਫੈਸਲਾ ਕੋਈ ਰੋਕ ਨਹੀਂ ਸਕਦਾ ਪਰ ਲੋਕਾਂ ਨੂੰ ਹਜੇ ਬੇਸ਼ੱਕ ਥੋੜੀ ਗੱਲ ਨਾਲ ਸਹਿਮਤ ਤਾਂ ਲੱਗਦਾ ਉਹ ਵੀ ਸਾਡੇ ਤਾਂ ਹੋਏ ਨਹੀਂ ਹੁਣ ਜਿਵੇਂ ਅਸੀਂ ਲੁਧਿਆਣੇ ਚ ਆਪਣਾ ਡਰੋਨ ਉਸ ਸਿੰਪਲ ਡਰੋਨ ਨਹੀਂ ਸੀ ਅਸੀਂ ਪਤਾ ਕੀਤਾ ਵੀ ਇਹ ਕਿਵੇਂ ਆ ਤੇ ਭਾਰਤ ਪੁਸ਼ਨ ਆਸ਼ੂ ਜੀ ਮੰਤਰੀ ਸੀ ਕੈਬਨਿਟ ਚ ਤੇ ਅਸੀਂ ਦਿੱਲੀੋਂ ਉਹ ਜਿਹਾ ਡਰੋਨ ਇੱਕ ਆਪ ਮੰਗਾਇਆ ਤੇ ਅਸੀਂ ਉੱਥੇ ਚਾਰ ਪਿੰਡ ਪੈਂਦੇ ਆ ਸਨੇਤ ਦੀ ਮੈਂ ਗੱਲ ਕਰਦਾ ਇੱਕ ਸਨੇਤ ਪਿੰਡ ਪੈਂਦਾ 200 ਕਰਨੇ ਲਾਲ ਡੋਰੇ ਚ ਜਿਨ੍ਹਾਂ ਦੇ ਘਰਾਂ ਚ ਉਹਨਾਂ ਦੇ ਮਲਕੀਅਤਾਂ ਹੱਥ ਚ ਫੜਾਤੀਆਂ ਇਸ ਕਰਕੇ ਫੇਰ ਦੂਜੀ ਗੱਲ ਇਹ ਕਿਵੇਂ ਕੋਈ ਕਹ ਦੂਗਾ ਵੀ ਜਦੋਂ ਕੋਈ 500 ਰੁਪਏ ਦਾ ਡੀਜ਼ਲ ਪੈਟਰੋਲ ਪਾਉਂਦੇ 10 ਰੁਪਏ ਕਿਵੇਂ ਨਹੀਂ ਬਚੇ ਉਹਦੇ ਅੱਗੇ ਰਤਨਦੀਪ ਸਾਰੇ ਮੈਂ ਜਿੱਦਣ ਦਾ ਦੇਖਦਾ ਜੀ ਕਦੇ ਪੈਟਰੋਲ ਪੰਪ ਤੇ ਇਹ ਨਹੀਂ ਮੈਂ ਦੇਖਿਆ ਲਿਖਿਆ ਹੋਇਆ ਹਰ ਪੈਟਰੋਲ ਪੰਪ ਤੇ ਹਰਿਆਣਾ ਤੇ ਚੰਡੀਗੜ੍ਹੇ ਲਿਖਿਆ ਹੁੰਦਾ ਸੀ ਵੀ ਪੰਜਾਬ ਨਾਲੋਂ ਡੀਜ਼ਲ ਪੈਟਰੋਲ ਸਸਤਾ ਤੇ ਆਪਾਂ ਉਧਰ ਭਰੌਂਦੇ ਸੀ ਜਾ ਕੇ ਇਹ ਪਹਿਲੀ ਵਾਰ ਹੋਇਆ ਵੀ ਪੰਜਾਬ ਦੇ ਵਿੱਚ ਇਹ ਲਿਖਿਆ ਹੋਇਆ ਵੀ ਸਾਡਾ ਚੰਡੀਗੜ੍ਹ ਤੋਂ ਹਰਿਆਣੇ ਨਾਲ ਡੀਜ਼ਲ પેટ્રોલ ਸਸਤਾ ਹੈ ਰਵਨੀਤ ਜੀ ਤੁਸੀਂ ਕਹਿ ਰਹੇ ਹੋ ਵੀ ਚੰਨੀ ਸਾਹਿਬ ਨੇ ਸਮਝੌਤਾ ਕਰ ਲੈਂਦੇ ਪਰ ਬੜੇ ਕਹਿੰਦੇ ਆ ਵੀ ਚੰਨੀ ਸਾਹਿਬ ਖੱਡਾਂ ਵਾਲਿਆਂ ਨਾਲ ਤਾਂ ਸਮਝੌਤਾ ਕਰ ਗਏ ਦੇਖੋ ਇਹ ਤਾਂ ਹੁਣ ਮੈਂ ਇੱਕ ਰੇਤਾ ਤਾਂ ਯਾਰ ਇਹ ਜੀ ਚੀਜ਼ ਹੋਗੀ ਵੀ ਪੰਜਾਬ ਦੇ ਹਰ ਲੀਡਰ ਨੂੰ ਉਹ ਰੇਤੇ ਨਾਲ ਜੋੜ ਦਿੰਦੇ ਆ ਐਡੀ ਕਿੱਡੀ ਕਬੜੀ ਗੱਲ ਆ ਯਾਰ ਰੇਤਾ ਤੁਹਾਨੂੰ ਤਾਂ ਪਤਾ ਹੋਊਗਾ ਤੁਸੀਂ ਤਾਂ ਬਹੁਤ ਪੁਰਾਣੇ ਹੋ ਨਹੀਂ ਲੋਕਾਂ ਨੂੰ ਸੱਚ ਕਹੋਣ ਦੱਸ ਮੇਰਾ ਨੌਤ ਤਾਂ ਨਹੀਂ ਜੁੜਿਆ ਕਦੇ ਲੋਕਾਂ ਨੂੰ ਸੱਚ ਕਹੋਣ ਦੱਸੋ ਪਰ ਇਹ ਵੀ ਹੈ ਨਾ ਰਵਨੀਜੀ ਹੁਣ ਤੁਹਾਡਾ ਪਰਿਵਾਰ ਇੰਨਾ ਪੁਰਾਣਾ ਤੁਸੀਂ ਕਾਂਗਰਸੀ ਹੋ ਤੁਸੀਂ ਪੌਣੇ ਪੰਜ ਸਾਲ ਬਾਅਦ ਸਾਰੀ ਕਾਂਗਰਸ ਨੇ ਕਹਿਤਾ ਵੀ ਕੈਪਟਨ ਅਮਰਿੰਦਰ ਸਿੰਘ ਮਾੜੇ ਆ 2575 ਚੱਲਦਾ ਹੁੰਦਾ ਸੀ ਹਾਲਾਂਕਿ ਉਹ ਪਹਿਲਾਂ ਵੀ ਗੱਲ ਸੀ ਪਹਿਲਾਂ ਤੁਸੀਂ ਕਿਉਂ ਨਹੀਂ ਸੱਚ ਬੋਲੇ ਤੁਸੀਂ ਤਾਂ ਬੋਲ ਸਕਦੇ ਸੀ ਨਹੀਂ ਅਸੀਂ ਹੁਣ ਵੀ ਸ਼ੁਰੂਆਤ ਅਸੀਂ ਉਹ ਕੀਤੀ ਨਹੀਂ ਤਾਂ ਸ਼ਾਇਦ ਹੋਰ ਪਰ ਇਹ 'ਚ ਕੋਈ ਸ਼ੱਕ ਨਹੀਂ ਥੋਤੋਂ ਮੈਂ ਮੈਂ ਕਦੇ ਵੀ ਝੂਠ ਜਾਂ ਕੋਈ ਗੱਲ ਹੈ ਨਹੀਂ ਇਹ ਬਿਲਕੁਲ ਤੁਸੀਂ ਠੀਕ ਗੱਲ ਕਹੀ ਵੀ ਪਹਿਲਾਂ ਕਿਉਂ ਨਹੀਂ ਕੀਤੀ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਇੱਕ ਐਡਾ ਕਦਾਵਰ ਲੀਡਰ ਸੀ ਤੇ ਸਾਰੇ ਲੋਕਾਂ ਨੇ 5 ਸਾਲ ਪਹਿਲਾਂ ਇਹ ਲੋਕਾਂ ਨੇ ਆਹੀ ਪੰਜਾਬ ਮੈਂ ਅੱਜ ਬੋਲਦੇ ਹੋਈ ਕਿਹਾ ਮੈਂ ਕਿਹਾ ਅੱਜ ਚਾਹੇ ਕੈਪਟਨ ਦਾ ਨਿਸ਼ਾਨ ਹੌਕੀ ਬਾਲ ਆ ਅੱਜ ਹੌਕੀ ਬਾਲ ਖੇਡਣ ਦੀ ਉਮਰ ਨਹੀਂ ਰਹੀ ਨਿਸ਼ਾਨ ਹੀ ਪੁੱਠਾ ਮਿਲ ਗਿਆ ਪਰ ਉਹ ਬਥੇਰੀਆਂ ਖੇਡਾਂ ਖੇਡੀਆਂ ਸਿਉਂਕ ਚ ਮੈਂ ਇਹ ਗੱਲ ਕਹਿ ਰਿਹਾ ਸੀ ਵੀ ਉਹ ਪੰਜਾਬ ਦੇ ਲੋਕਾਂ ਨੇ ਹਰ ਨੂੰ ਕਹਿ ਕੇ ਹਾਈ ਕਮਾਂਡ ਨੂੰ ਕਹਿ ਕੇ ਹਰ ਐਮਐਲਏ ਨੇ ਜਾ ਕੇ ਵੀ ਅਸੀਂ ਹਰ ਹਲਕਨ ਚਾਰਜ ਨੇ ਹਰ ਵੀ ਸਾਨੂੰ ਤਾਂ ਜੀ ਕੈਪਟਨ ਚਾਹੀਦਾ ਖੁੰਡੇ ਵਾਲਾ ਪੰਜਾਬ ਦੇ ਪਾਣੀਆਂ ਦਾ ਰਖਾ ਜਿਹੜਾ ਬਲੂ ਸਟਾਰ ਤੇ 84 ਤੇ ਅਸਤੀਫਾ ਦੇ ਗਿਆ ਉਹ ਕੈਪਟਨ ਅਮਰਿੰਦਰ ਸਿੰਘ ਚਾਹੀਦਾ ਹੁਣ ਇਹ ਕੀ ਪਤਾ ਸੀ ਵੀ ਕੈਪਟਨ ਅਮਰਿੰਦਰ ਸਿੰਘ ਇਸ ਵਾਰ ਉਹ ਖੁੰਡਾ ਕੈਪਟਨ ਅਮਰਿੰਦਰ ਸਿੰਘ ਅੰਦਰ ਰੱਖ ਦੂਗਾ ਕੋਈ ਗੱਲ ਹੀ ਨਹੀਂ ਕਰੂਗਾ ਦੂਜੀ ਗੱਲ ਤੁਸੀਂ ਜਿਵੇਂ ਕਿਹਾ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਲਾਉਣਾ ਸੌਖੀ ਗੱਲ ਸੀ ਕਿਤੇ ਇੰਨਾ ਟਾਈਮ ਜਿਹੜਾ ਉਹ ਤਾਂ ਹਾਈ ਕਮਾਂਡ ਨੂੰ ਵੀ ਅੱਖਾਂ ਦਿਖਾ ਦਿੰਦਾ ਸੀ ਤੁਹਾਨੂੰ ਇਹ ਗੱਲ ਪਤਾ ਏ ਵੀ ਭਾਈ ਹਾਈ ਕਮਾਂਡ ਮੇਰੇ ਕੋਲ ਆਊਗੀ ਮੈਂ ਦਿੱਲੀ ਨਹੀਂ ਜਾਂਦਾ ਉਹ ਉਹਨੂੰ ਟਾਈਮ ਲੱਗ ਗਿਆ ਉਹਨੂੰ ਟਾਈਮ ਲੱਗ ਗਿਆ ਹੁੰਦੇ ਹੁੰਦੇ ਉਹਨੂੰ ਹੌਲੀ-ਹੌਲੀ ਲੋਕਾਂ ਨੂੰ ਸਮਝ ਆਉਂਦੀ ਲੋਕ ਉਤੋਂ ਟੁੱਟਦੇ ਕਿਉਂਕਿ ਲੋਕਾਂ ਨੇ ਆਸਾਨ ਇੰਨੇ ਕੀਤੇ ਸੀ ਇੰਨੇ ਚਿਰ ਦਾ 15 ਸਾਲੋਂ ਪੀਸੀਸੀ ਪ੍ਰਧਾਨ ਸੀ ਲੋਕਾਂ ਨੂੰ ਟਿਕਟਾਂ ਦਿੱਤੀਆਂ ਸੀ ਲੋਕਾਂ ਨੂੰ ਜ਼ਿਲੇ ਪ੍ਰਧਾਨ ਬਣਾਇਆ ਸੀ ਲੋਕਾਂ ਨੂੰ ਚੇਅਰਮੈਨੀਆਂ ਦਿੱਤੀਆਂ ਸੀ ਲੋਕਾਂ ਨੂੰ ਸਮਝਣ ਨੂੰ ਟਾਈਮ ਲੱਗਿਆ ਮੈਂ ਮੰਨਦਾ ਇਹ 'ਚ ਕੋਈ ਸ਼ੱਕ ਨਹੀਂਗਾ ਤੇ ਉਹ ਹੌਲੀ-ਹੌਲੀ ਤੁਸੀਂ ਇਹ ਵੀ ਦੇਖੋ ਵੀ ਉਹ ਕੈਪਟਨ ਅਮਰਿੰਦਰ ਸਿੰਘ ਜਿੱਦਣ ਲਏ ਇੱਕ ਆਮ ਚਰਨਜੀਤ ਚੰਨੀ ਚੀ ਮਿਨਿਸਟਰ ਬਣਿਆ ਤੇ ਇੱਕ ਬੰਦਾ ਵੀ ਕੈਪਟਨ ਅਮਰਿੰਦਰ ਸਿੰਘ ਜੀ ਨਾਲ ਕਿਸੇ ਨੇ ਉਹਏ ਕਿਸੇ ਨੇ ਮਤਲਬ ਉਹਨਾਂ ਦੇ ਹੱਕ ਚ ਕੋਈ ਨਾਰਾ ਹੀ ਨਹੀਂ ਮਾਰਿਆ ਪਰ ਬੜਾ ਕੁਝ ਬਦਲ ਜਾਂਦਾ ਹੈਗਾ ਲੋਕ ਇਹ ਵੀ ਕਹਿੰਦੇ ਨੇ ਹਾਈ ਕਮਾਂਡ ਦੇ ਵੀ ਬੜੇ ਲੋਕ ਕਹਿੰਦੇ ਨੇ ਵੀ ਇੱਛਾ ਰਮਨੀਤ ਬੱਟੂ ਦੀ ਵੀ ਸੀਗੀ ਇਸ ਵਾਰ ਦੇਖੋ ਮੈਂ ਤਾਂ ਮੈਂਬਰ ਪਾਰਲੀਮੈਂਟ ਹਾਂ ਇਸ ਕਰਕੇ ਅਤਿੰਦੀਪ ਤੁਸੀਂ ਵੀ ਮੀਡੀਆ ਚ ਵੀ ਦੇਖਿਆ ਜਾਂ ਹੋਰ ਕਿਸੇ ਵੀ ਕਿੱਤੇ ਚ ਜਿੱਦਾਂ ਚਿਰ ਤੁਹਾਡੀ ਸਨੀਅਰਿਟੀ ਨਾ ਹੋਵੇ ਜਿੱਦਾਂ ਚਿਰ ਤੁਹਾਨੂੰ ਇਹ ਨਾ ਲੱਗੇ ਵੀ ਮੈਂ ਇਸ ਕੁਰਸੀ ਦੇ ਫਿੱਟ ਹਾਂ ਤੇ ਅਰਬਾ ਨਾ ਹੋਵੇ ਜਾਂ ਜਿੱਦਾਂ ਚਿਰ ਆਪ ਲੋਕ ਇਹ ਕਹਿਣ ਨਾ ਵੀ ਅੱਜ ਹਾਂ ਭਾਈ ਇਸ ਬੰਦੇ ਨੂੰ ਇਹ ਕੁਰਸੀ ਦਾ ਹੱਕਦਾਰ ਹੈ ਇਹਨੂੰ ਬਹਿਣਾ ਚਾਹੀਦਾ ਉਹਨਾਂ ਚਿਰ ਆਪ ਮੰਗੇ ਤੇ ਕੁਰਸੀ ਨਹੀਂ ਮਿਲਦੀ ਇਹ ਤਾਂ ਜਿੰਨਾ ਜੇ ਤੁਸੀਂ ਕੋਸ਼ਿਸ਼ ਕਰੋਗੇ ਉਥੋਂ ਤੋਂ ਪਰੇ ਜਾਊਗੀ ਇਸ ਕਰਕੇ ਅਸੀਂ ਐਵੇਂ ਮੈਂ ਕਮਾ ਝੂਠ ਨਹੀਂ ਮੈਂ ਕਦੇ ਬੋਲਦਾ ਅਸੀਂ ਤਾਂ ਚੀਫ ਮਿਨਿਸਟਰੀਆਂ ਦੇਖੀਆਂ ਉਹ ਤਾਕਤਵਰ ਚੀਫ ਮਿਨਿਸਟਰੀ ਦੇਖੀ ਆ ਅੱਜ ਤਾਂ ਚੀਫ ਮਿਨਿਸਟਰੀਆਂ ਗੱਲ ਹੀ ਕੁਛ ਨਹੀਂ ਕੀ ਇਸ ਕਰਕੇ ਅੱਜ ਉਸ ਮਕਾਮ ਤੱਕ ਤੀਜੀ ਵਾਰ ਮੈਂਬਰ ਪਾਰਲੀਮੈਂਟ ਰੱਬ ਨੇ ਬਣਾਇਆ ਲੋਕਾਂ ਨੇ ਬਣਾਇਆ ਕੋਈ ਨਹੀਂ ਬਣਿਆ ਲਗਾਤਾਰ ਪੰਜਾਬ 'ਚ ਅੱਜ ਕੋਈ ਨਹੀਂ ਜਿੱਡਾ ਵੀ ਮਰਜੀ ਕੋਈ ਸੀਨੀਅਰ ਲੀਡਰ ਹੋਵੇ ਤੇ ਇਸ ਕਰਕੇ ਮੈਨੂੰ ਕੋਈ ਕਾੜੀ ਨਹੀਂ ਗਈ ਮੈਂ ਤਾਂ ਰਾਹੁਲ ਗਾਂਧੀ ਜੀ ਉਹਨਾਂ ਨੇ ਇਸ ਪੋਲਿਟਿਕਸ 'ਚ ਸਾਨੂੰ ਨੌਜਵਾਨਾਂ ਨੂੰ ਮੌਕਾ ਦਿੱਤਾ ਸੀ ਤੇ ਸਾਡੀ ਵਾਰੀ ਹਜੇ ਜਿਹੜੀ ਆ ਉਹ ਹੋਰ 5-10 ਸਾਲ ਅਸੀਂ ਮਿਹਨਤ ਕਰ ਲਈਏ ਕੰਮ ਕਰ ਲਈਏ ਜਦੋਂ ਬੰਦਾ ਕਿਸੇ ਮਕਾਮ ਤੇ ਪਹੁੰਚੇ ਤੇ ਉਦੋਂ ਫਿਰ ਉਹ ਇਹ ਸੋਚਣ ਦਾ ਮੌਕਾ ਨਾ ਹੋਵੇ ਮੈਂ ਕੀ ਕਰਾਂ ਉਹਨੂੰ ਪਤਾ ਹੋਵੇ ਪੰਜਾਬ ਦੇ ਕੱਲੇ-ਕੱਲੇ ਇੱਕ ਵਾਰ ਮੈਂ ਪੰਜਾਬ ਦੀ ਯਾਤਰਾ ਕਰਕੇ ਸਾਰਾ ਪੰਜਾਬ ਦੇਖਿਆ ਕੱਲੇ-ਕੱਲੇ 12000 ਤੋਂ ਉੱਤੇ ਪਿੰਡ ਦਾ ਫਿਰ ਪਤਾ ਹੋਵੇ ਵੀ ਕੀ ਹੋਣ ਵਾਲਾ ਸ਼ਹਿਰਾਂ 'ਚ ਕੀ ਹੋਣ ਵਾਲਾ ਉਦੋਂ ਬਗੈਰ ਮੁੱਖ ਮੰਤਰੀ ਬਣੇ ਬਥੇਰੇ ਜੇ ਮੁੱਖ ਮੰਤਰੀ ਬਣ ਕੇ ਫੇਲ ਹੋਣਾ ਉਹਦਾ ਕੀ ਫਾਇਦਾ ਤੁਹਾਨੂੰ ਲੱਗਦਾ ਵੀ ਕਾਂਗਰਸ ਨੂੰ ਹੁਣ ਕਪਤਾਨ ਮਿਲ ਜੂ ਕਈ ਵਾਈਸ ਕਪਤਾਨ ਵੀ ਰੋਲਾ ਪਾਈ ਜਾਂਦੇ ਆ ਵੀ ਸਾਨੂੰ ਕਪਤਾਨੀ ਦੇ ਦਿਓ ਜਾਖੜ ਸਾਹਿਬ ਦਾ ਵੀ ਬਿਆਨ ਆ ਗਿਆ ਵੀ ਮੈਨੂੰ ਵੋਟਾਂ ਵੱਧ ਪੰਨੀਆਂ ਸੀ ਚੰਨੀ ਸਾਹਿਬ ਨੂੰ ਤਾਂ ਦੋ ਹੀ ਵੋਟਾਂ ਪੰਨੀਆਂ ਸੀ ਦੇਖੋ ਇਹ 'ਚ ਕੋਈ ਸ਼ੱਕ ਨਹੀਂ ਇਹ ਜਾਖੜ ਸਾਹਿਬ ਨੇ ਜੋ ਉਹ ਕਿਹਾ ਉਹ ਜਾਖੜ ਸਾਹਿਬ ਨੇ ਠੀਕ ਕਿਹਾ ਕਿਉਂਕਿ ਕਿਉਂ ਬਿਲਕੁਲ ਸੱਚ ਹੈ ਕਿਉਂਕਿ ਚੰਨੀ ਸਾਹਿਬ ਤਾਂ ਬਿਲਕੁਲ ਲਾਈਨ 'ਚ ਹੀ ਹੈ ਨਹੀਂ ਸੀ ਉਹਨਾਂ ਨੇ ਇੱਕ ਵਾਰ ਕਿਹਾ ਹੀ ਨਹੀਂ ਵੀ ਮੈਂ ਮੁੱਖ ਮੰਤਰੀ ਬਣਨਾ ਹੈ ਉਹਨਾਂ ਦਾ ਤਾਂ ਇਹ ਸੀ ਬਈ ਉਰੇ ਤਾਂ ਭਾਈ ਕੋਈ ਜਨਰਲ ਕਾਸਟ ਦਾ ਇਹ ਮੈਂ ਓਪਨਲੀ ਗੱਲ ਕਹਿ ਦਿੰਦਾ ਆਂ ਵੀ ਪੰਜਾਬ ਦੇ ਵਿੱਚ ਮੁੱਖ ਮੰਤਰੀ ਉਹ ਬਣੇਗਾ ਹੂੰ ਤੇ ਚੰਨੀ ਜੀ ਇਹ ਸੋਚ ਰਹੇ ਸੀ ਵੀ ਮੈਂ ਹੁਣ ਇੰਨਾ ਸੀਨੀਅਰ ਹੋ ਗਿਆ ਆਂ ਵੀ ਮੈਂ ਡਿਪਟੀ ਮੁੱਖ ਮੰਤਰੀ ਜੇ ਕੋਈ ਜਿਹੜਾ ਵੀ ਬਣੇਗਾ ਮੈਂ ਡਿਪਟੀ ਮੁੱਖ ਮੰਤਰੀ ਉਹਦੇ ਨਾਲ ਬਣ ਜਾ ਹੂੰ ਪਰ ਜਿਹੜੇ ਵੀ ਤਨਾੜ ਸੀ ਜਾਂ ਜਿਹੜੇ ਵੱਡੇ ਸੀ ਉਹ ਸੱਚੀ ਗੱਲ ਉਹ ਤਾਂ ਕੋਈ ਲੁਕੀ ਸ਼ਿਪੀ ਗੱਲ ਹੀ ਨਹੀਂ ਰਹੀ ਉਹ ਆਪਸ ਵਿੱਚ ਉਹ ਲੜੇ ਉਹ ਰੁੱਸੇ ਕਦੇ ਸਿੰਧੂ ਸਾਹਿਬ ਦੀ ਗੱਡੀ ਕਿੱਧਰ ਨੂੰ ਨਿਕਲ ਗਈ ਹੂੰ ਕਦੇ ਕਿਸੇ ਸਾਹਿਬ ਦੀ ਗੱਡੀ ਨਿਕਲ ਗਈ ਹੂੰ ਉਹ ਫਿਰ ਰਾਹੁਲ ਗਾਂਧੀ ਨੇ ਲਿਆ ਫੈਸਲਾ ਵੀ ਛੱਡੋ ਪਰੇ ਸਾਬਾ ਨੂੰ ਆਮ ਆਦਮੀ ਨੂੰ ਬਣਾਓ ਚਰਨਜੀਤ ਚੰਨੀ ਨੂੰ ਬਿਠਾਓ ਸੀਐਲਪੀ ਲੀਡਰ ਵੀ ਰਹੇ ਸੀ ਮੇਰੇ ਤਾਂ ਐਮਐਲਏ ਰਹੇ ਨੇ ਮੈਂ ਤਾਂ ਅਨੰਦਪੁਰ ਸਾਹਿਬ ਤੋਂ ਜਦੋਂ ਐਮਐਲਏ ਜਦੋਂ ਐਮਪੀ ਸੀ ਮੇਰੇ ਤਾਂ ਐਮਐਲਏ ਜਿਹੜੇ ਸਾਹਿਬ ਰੁੱਸੇ ਬੇ ਸੀ ਕਿਹੜੇ ਕਿਹੜੇ ਸੀ ਸਿੱਧੂ ਸਾਹਿਬ ਸੀ ਉਹਨਾਂ ਚ ਸਿੱਧੂ ਸਾਹਿਬ ਤਾਂ ਹੱਦ ਹੋ ਗਈ ਮੈਂ ਤਾਂ ਨੋ ਹੀ ਲਿਆ ਤਾਂ ਸਿੱਧੂ ਸਾਹਿਬ ਦਾ ਵੀ ਸਭ ਤੋਂ ਪਹਿਲੇ ਤਾਂ ਉਹੀ ਸਾਹਿਬ ਸੀ ਹੁਣ ਵੀ ਨਾ ਰਸ ਜਾਨ ਕਿਤੇ ਮੈਨੂੰ ਲੱਗਦਾ ਜਿੱਦਣ ਮੈਂ ਵੀ ਉਸ ਮੰਚ ਤੇ ਬੈਠਾ ਸੀ ਜਦੋਂ ਰਾਹੁਲ ਗਾਂਧੀ ਜੀ ਜੱਫੀਆਂ ਵੀ ਬੜੀਆਂ ਪਾਈਆਂ ਨੀਆਂ ਚ ਚਨੰਦੀ ਤੱਕ ਵੀ ਗੱਲ ਕਹੀ ਹਮ ਵਿਸ਼ਵਾਸ ਉਹਨਾਂ ਨੇ ਗੱਡੀਆਂ 'ਚ 2 ਘੰਟੇ ਅਮਰਸਰ ਸਾਹਿਬ ਤੋਂ ਤੇ ਜਲੰਧਰ ਤੱਕ ਇਹੀ ਗੱਲ ਉਹਨਾਂ ਨਾਲ ਹੁੰਦੀ ਰਹੀ ਆ ਰਾਹੁਲ ਜੀ ਅੱਗੇ ਬੈਠੇ ਸੀ ਇਹ ਦੋਨੋਂ ਪਿੱਛੇ ਬੈਠੇ ਸੀ ਤੇ ਕਾਫੀ ਘੁੱਟ ਕੇ ਜੱਫੀਆਂ ਜਿਹੜੀਆਂ ਉਹ ਇਹਨਾਂ ਨੇ ਪਾਈਆਂ ਏ ਵਿਸ਼ਵਾਸ ਦਵਾਇਆ ਰਾਹੁਲ ਗਾਂਧੀ ਜੀ ਨੂੰ ਵੀ ਕੁਝ ਵੀ ਹੋਵੇ ਉਹਨਾਂ ਨੇ ਤਾਂ ਇੰਨਾ ਹੀ ਕਿਹਾ ਮੈਨੂੰ ਕੀ ਨਾ ਬਣਾਇਓ ਉਹ ਸ਼ੋਪੀਸ ਪਤਾ ਨਹੀਂ ਜੇ ਕੀ ਕਹਿੰਦੇ ਹੁੰਦੇ ਆ ਉਹ ਨਾ ਬਣਾਇਓ ਬਾਕੀ ਠੀਕ ਉਹ ਨਹੀਂ ਉਹਨਾਂ ਨੂੰ ਬਣਾਉਂਦੇ ਹਮ ਤੁਹਾਨੂੰ ਲੱਗਦਾਗਾ ਵੀ ਕਲੀਅਰ ਹੋ ਚੁੱਕਿਆ ਚਨੀ ਸਾਹਿਬ ਹੀ ਹੁੰਦਾ ਬਿਲਕੁਲ 100% ਸਰਕਾਰ ਦਾ ਕੀ ਲੱਗਦਾਗਾ ਸੀਟਾਂ ਕਿੰਨੀ ਆਉਣੀਆਂ ਸੁਖਵੀਰ ਬਾਦਲ ਦਾਵਾ ਕਰਦੇ ਆ ਵੀ ਅਸੀਂ ਸੀਟਾਂ ਲੈ ਜਾਾਂਗੇ ਆਮ ਆਦਮੀ ਵਾਲੇ ਕਰਦੇ ਆ ਵੀ ਅਸੀਂ ਲੈ ਜਾਾਂਗੇ ਅਸੀਂ ਪਰਸੋਂ ਚੌਥੇ ਤਾਂ ਸ਼ਰਮ ਨਾਲ ਸਿਰ ਹੀ ਝੁੱਕ ਗਿਆ ਇਹਨੂੰ ਕੋਈ ਮੁਰਾ ਮਨਾਏ ਗੁੱਸਾ ਮਨਾਏ ਪਰ ਜਿਹੜਾ ਸੁਖਵੀਰ ਸਿੰਘ ਬਾਦਲ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਪਰसों ਲੁਧਿਆਣੇ 'ਚ ਜਦੋਂ ਬਲਵੰਤ ਸਿੰਘ ਰਾਜੋਆਣਾ ਜੀ ਜਿਹਨੂੰ 1 ਘੰਟੇ ਦੀ ਪ੍ਰੋਬਲ ਮਿਲੀ ਉਹ ਬਾਹਰ ਆਉਂਦਾ ਤੇ ਜਿਹੜਾ ਸਭ ਤੋਂ ਖਤਰਨਾਕ ਟੈਰਰਿਸਟ ਆ ਜਿਹਨੂੰ ਸਭ ਤੋਂ ਵੱਡੇ ਕੋਰਟ ਨੇ ਉਹਨੂੰ ਫਾਂਸੀ ਦੀ ਸਜ਼ਾ ਸੁਣਾਈ ਆ ਮੈਂ ਤੁਸੀਂ ਨਹੀਂ ਕੋਰਟ ਨੇ ਜਿਹਨੂੰ ਆਪਾਂ ਸਾਰੇ ਮੰਨਦੇ ਆ ਤੇ ਉਹ ਆ ਕੇ ਜਿਹਨੇ ਕਦੇ ਸਿਨੇਮਿਆਂ 'ਚ ਬਲਾਸਟ ਕੀਤੇ ਕਿਸੇ ਬੱਚਿਆਂ ਦੇ ਚੀਥੜੇ ਉੜ ਕੇ ਕਦੇ ਉਹਨੇ ਬਲਾਸਟ ਸੈਕਰੀਟੇਟਾਂ ਚ ਕੀਤੇ ਜੀ ਜਿਹੜੇ ਸਰਦਾਰ ਬਿਆਨ ਸਿੰਘ ਤੇ ਚਲੋ ਮੁੱਖ ਮੰਤਰੀ ਸੀ ਉਹਨਾਂ ਨਾਲ ਕੋਈ ਹੋ ਸਕਦਾ ਪਰ ਜਿਹੜੇ ਨਾਲ ਡਾਕਟਰ ਮੈਨੂੰ ਯਾਦ ਅੱਜ ਵੀ ਜਦੋਂ ਅਸੀਂ ਦੇਖਣ ਗਏ ਤੇ ਜਿਹੜੇ ਡਾਕਟਰ ਸੀ ਸੀਐਮ ਸਾਹਿਬ ਨਾਲ ਉਹਨਾਂ ਦੀ ਵਾਈਫ ਵੀ ਡਾਕਟਰ ਸੀ ਉਹ ਲੱਭਦੀ ਫਿਰੇ ਤੇ ਕਿਸੇ ਨੇ ਕਿਹਾ ਜੀ ਉਹ ਪਰੇ ਗਰਾਊਂਡ ਚ ਪੈਰ ਪਿਆ ਬੂਟ ਦੇਖਿਓ ਲੱਗਦਾ ਉਹਨਾਂ ਦਾ ਤੇ ਉਹ ਵਾਈਫ ਡਾਕਟਰ ਨੇ ਉਹਨੂੰ ਉਹ ਪੈਰ ਬਲਾਸਟ ਨਾਲ ਕੱਲੀ ਲੱਤ ਤੇ ਪੈਰ ਉਹ ਲਾਈ ਫਿਰੇ ਐਮਐਲਏ ਪੱਕਾ ਕਲਾਂ ਸੀ ਇੱਥੋਂ ਨੇੜੇ ਹੀ ਬਹੁਤ ਛੋਟੀ ਉਮਰ ਸੀ 6 ਮਹੀਨੇ ਵਿਆਹ ਨੂੰ ਹੋਏ ਸੀ ਤੇ ਉਹ ਅੱਗ ਲੱਗਿਆ ਹੋਇਆ ਉਹਨਾਂ ਦੇ ਪਿੱਛੇ ਪਿੱਠ ਨੂੰ ਸ਼ਰੀਰ ਉਹ ਭੱਜੇ ਜਾਣ ਪੌੜੀਆਂ ਤੇ ਪਿੱਛੇ ਕੋਈ ਬੁਝਾਉਣ ਨਾ ਜਾਵੇ ਤੇ ਇਹ ਬੰਦੇ ਨੇ ਆ ਕੇ ਕੀ ਕਿਹਾ ਵੀ ਅਕਾਲੀ ਦਲ ਦੀ ਮਦਦ ਕਰੋ ਅਕਾਲੀ ਦਲ ਦੀ ਮਦਦ ਕਰੋ ਤੁਸੀਂ ਆਪ ਦੇਖੋ ਇੱਕ ਪਰਮਜੀਤ ਜੀ ਉਹਨਾਂ ਨੇ ਆਏ ਵੀ ਨਹੀਂ ਨਾ ਕਲੀਅਰ ਕਰਿਆ ਵੀ ਬਾਦਲ ਅਕਾਲੀ ਦਲ ਬਾਦਲ ਵੀ ਆ ਅਕਾਲੀ ਦਲ ਅੰਬਰਸਰ ਵੀ ਆ ਇਹ ਵੀ ਆ ਨਾ ਅਕਾਲੀ ਦਲ ਕਲੀਅਰ ਕੀਤਾ ਬਾਦਲ ਜੀ ਉਹ ਤਾਂ ਕੋਈ ਉਹ ਤਾਂ ਕਹਿੰਦੇ ਆ ਵੀ ਮੇਰੇ ਕੇਸ 'ਚ ਮਦਦ ਕਰਾਉਂਦੇ ਰੇ ਮੇਰੀ ਪ੍ਰੋਲ ਤੇ ਐਸਜੀਪੀਐਸ ਐਸਸੀਪੀਸੀ ਆ ਜਿਹੜੀ ਉਹ ਮੈਨੂੰ ਵਕੀਲ ਖੜੇ ਕਰਕੇ ਅਕਾਲੀ ਦਲ ਲੈ ਕੇ ਆਈ ਆ ਤੇ ਦੂਜੀ ਗੱਲ ਐਸਜੀਪੀਸੀ ਦਾ ਪ੍ਰਧਾਨ ਨਾ ਸੌਰੀ ਅਕਾਲ ਤਖਸਰ ਦੇ ਪ੍ਰਧਾਨ ਜਥੇਦਾਰ ਜਿਹੜੇ ਕਿ ਸਾਰੇ ਆਪਾਂ ਪੰਗਤ 'ਚ ਬਹਿ ਕੇ ਲੰਗਰ ਛਕਣ ਦੀ ਗੱਲ ਕਰਦੇ ਆਂ ਉਹਨਾਂ ਨਾਲ ਬਹਿ ਕੇ ਕਿੱਥੇ ਲੰਗਰ ਛਕ ਰਹੇ ਆ ਅਲੀ ਸ਼ਾਨ ਕੁਰਸੀਆਂ ਤੇ ਟੇਬਲਾਂ ਤੇ ਬਹਿ ਕੇ ਉਹ ਤੋਂ ਡਰਦੇ ਗਿਆਨੀ ਹਰਪ੍ਰੀਤ ਸਿੰਘ ਜੀ ਲੰਗਰ ਛਕ ਰਹੇ ਟੇਬਲ ਤੇ ਬੈਠੇ ਮੈਂ ਤਾਂ ਹੈਰਾਨ ਹੀ ਹੋ ਗਿਆ ਵੀ ਐਡਾ ਇਹ ਕੀ ਕਨੈਕਸ਼ਨ ਆ ਕੀ ਡਾਰਾ ਅਕਾਲੀ ਦਲ ਨੂੰ ਜਾਂ ਤਾਂ ਰਲਿਆ ਹੋਇਆ ਤੁਹਾਨੂੰ ਡਾਰਾ ਕੋਈ ਅਕਾਲੀ ਦਲ ਤੋਂ ਨਹੀਂ ਮੈਂ ਕਹਿੰਦਾ ਇਹਨਾਂ ਨੂੰ ਡਾਰਾ ਕਾਲੀ ਦਲ ਤੋਂ ਕੋਈ ਅਤਵਾਦੀਆਂ ਤੋਂ ਕੋਈ ਡਾਰਾ ਜਾਂ ਕੋਈ ਇਹਨਾਂ ਦਾ ਕਨੈਕਸ਼ਨ ਇਹ ਇਨਕੁਆਇਰੀ ਹੋਣੀ ਚਾਹੀਦੀ ਆ ਜੇ ਉਹਨਾਂ ਨੇ ਸਟੇਟਮੈਂਟ ਵੀ ਦਿੱਤੀ ਤੁਹਾਨੂੰ ਕਹਦਾ ਡਾਰਾ ਤੁਹਾਨੂੰ ਇਹ ਲੱਗਦਾ ਵੀ ਨਹੀਂ ਬੰਨੀ ਸਰਕਾਰ ਕਾਂਗਰਸ ਦੀ ਮੈਨੂੰ ਤਾਂ ਇਹ ਡਰ ਨਹੀਂਗਾ ਮੈਂ ਤਾਂ ਲੋਕਾਂ ਨੂੰ ਇਹ ਕਹਿਣਾ ਵੀ ਭਾਈ ਇਹਨਾਂ ਨੂੰ ਵੋਟ ਪਾਉਣਾ ਮਤਲਬ ਉਰੇ ਬੰਬ ਚਲਵਾਉਣੇ ਪਹਿਲਾਂ ਹੀ ਚਿੱਟੇ ਦੇ ਵਪਾਰੀ ਨੇ ਹੁਣੇ ਸਭ ਤੋਂ ਵੱਡੇ ਟੈਰਰਿਸਟ ਆ ਉਹਨਾਂ ਦੀ ਸਪੋਰਟ ਲੈ ਕੇ ਆਗੇ ਬੰਬ ਤਾਂ ਥੋੜੀ ਸਰਕਾਰ ਚ ਵੀ ਚੱਲ ਗਿਆ ਪਿਛਲੇ ਦਿਨ ਮੈਂ ਕਹਿੰਦਾ ਅਸੀਂ ਬੰਬ ਚਲਾਉਣ ਵਾਲੇ ਨੂੰ ਤਾਂ ਨਹੀਂ ਬਿਠਾਇਆ ਅਸੀਂ ਬੰਬ ਚਲਾਉਣ ਵਾਲੇ ਤੋਂ ਸਪੋਰਟ ਤਾਂ ਨਹੀਂ ਮੰਗੀ ਇਹ ਤਾਂ ਜਿਹੜਾ ਬੰਬ ਚਲਾਉਣ ਵਾਲਾ ਜਿਹੜਾ ਇੱਕ ਚੀ ਮਿਨਿਸਟਰ ਸ਼ਹੀਦ ਹੋਇਆ ਉਹਦਾ ਇਹ ਪ੍ਰੂਵਨ ਇਹ ਕੋਈ ਇਹ ਨਹੀਂ ਔਰੋਪ ਨਹੀਂ ਇਹਨਾਂ ਨੇ ਕਿਹਾ ਅਸੀਂ ਆਪ ਕੀਤਾ ਤੇ ਉਹ ਅਕਾਲੀ ਦਲ ਨੂੰ ਸਪੋਰਟ ਕਰ ਰਿਹਾ ਰਹਿ ਕੀ ਗਿਆ ਅਕਾਲੀ ਦਲ ਦੇ ਪੱਲੇ ਇਹ ਅਕਾਲੀ ਦਲ ਦੀ ਗੱਲ ਰਹੇਗੀ ਹੁਣ ਤੁਸੀਂ ਆਮ ਆਦਮੀ ਪਾਰਟੀ ਤੇ ਆ ਜਾਓ ਦੇਖਿਆ ਚਾਰ ਦਿਨ ਪਹਿਲਾਂ ਕੀ ਹੋਇਆ ਇੱਕ ਸਿੱਖ ਕੁੜੀ ਇਹ ਦਿੱਲੀ ਮਾਡਲ ਆ ਜਿਨੂੰ ਉੱਥੇ ਚਿੱਟੇ ਦੇ ਵਪਾਰੀ ਜਿਹੜੇ ਦਿੱਲੀ 'ਚ ਜੀ ਇਹ ਕੇਜਰੀਵਾਲ ਸਾਹਿਬ ਫਿਰਦੇ ਆ ਗੋਆ ਜਿਨ੍ਹਾਂ ਕੋਲ ਟਾਈਮ ਨਹੀਂ ਫਿਰਦੇ ਆ ਪੰਜਾਬ ਉਹ ਕੁੜੀ ਨਾ ਰੇਪ ਹੋਇਆ ਮੁੜ ਕੇ ਉਹ ਔਰਤਾਂ ਨੇ ਉਹਨੂੰ ਕੁੱਟ-ਕੁੱਟ ਉਹਨੂੰ ਮਾਰ-ਮਾਰ ਉਦੋਂ ਬਾਅਦ ਉਹਦੇ ਸਿਰ ਦੇ ਕੈਂਚੀਆਂ ਨਾਲ ਵਾਲ ਫਿਰ ਗੰਜੀ ਕਰਕੇ ਕਾਲਾ ਮੂੰਹ ਕਰਕੇ ਜੁੱਤੀਆਂ ਦੇ ਹਾਰ ਪਾ ਕੇ ਉਹਨੂੰ ਉਸ ਮਹੱਲੇ 'ਚ ਘਮਾਇਆ ਤੇ ਇਹ ਕੇਜਰੀਵਾਲ ਮਾਡਲ ਆ ਇਹ ਦਿੱਲੀ ਮਾਡਲ ਆ ਤੁਹਾਨੂੰ ਹੋਰ ਦੱਸ ਦੇਣਾ ਦੂਜੀ ਗੱਲ ਇਹੀ ਕੇਦਰੀਵਾਲ ਸਾਹਮਣੇ ਜਿਨ੍ਹਾਂ ਨੇ ਪੰਜਾਬ ਦੇ ਭਗਤ ਸਿੰਘ ਦੀ ਪੱਗ ਬੰਨੀ ਹੈ ਕਿਦੇ ਸਾਡੇ ਸਤਕਾਰਯੋਗ ਮੇਰੇ ਦੋ ਵਾਰ ਐਮਪੀ ਸਾਥੀ ਰਹੇ ਸਾਡੇ ਭਗਵੰਤ ਮਾਨ ਪਿਛਲੀ ਵਾਰ ਉਹ ਭਗਵੰਤ ਮਾਨ ਦੀ ਇੱਜ਼ਤ ਰੋਲੀ ਜਾਂ ਪੱਗ ਦੀ ਇੱਜ਼ਤ ਰੋਲੀ ਕੇਦਰੀਵਾਲ ਨੇ ਉਹਨੂੰ ਕਿਹਾ ਟਿਕਟ ਤਾਂ ਦਊਂਗਾ ਪਹਿਲਾਂ ਇੱਥੇ ਆਪਣੀ ਮਾਂ ਮਾਂ ਸਤਕਾਰਯੋਗ ਹੁੰਦੀ ਆ ਹਾਲਾਤ ਦੇਖੋ ਕਿਹੜੇ ਹੋਣਗੇ ਉਸ ਨੂੰ ਕਿਹਾ ਵੀ ਆਪਣੀ ਮਾਂ ਦੇ ਸਿਰ ਤੇ ਹੱਥ ਰੱਖ ਕੇ ਸੌਂ ਖਾ ਵੀ ਮੈਂ ਸ਼ਰਾਬ ਨਹੀਂ ਪੀਵਾਂਗਾ ਤੁਹਾਨੂੰ ਯਾਦ ਇਹ ਰੈਲੀ ਕਰਾਈ ਸੀ ਉਹ ਰੇ ਕੇਜਰੀਵਾਲ ਨੇ ਵੀ ਆਪਣੀ ਭਗਵੰਤ ਮਾਨ ਆਪਣੀ ਮਾਂ ਦੇ ਸਿਰ ਤੇ ਹੱਥ ਚਰ ਕੇ ਸੌਂ ਖਾਰੇ ਮੈਂ ਸ਼ਰਾਬ ਨਹੀਂ ਪੀਵਾਂਗਾ ਉਹ ਭਈ ਉਹਦੀ ਜ਼ਿੰਦਗੀ ਆ ਉਹ ਸ਼ਰਾਬ ਪੀਏ ਨਾ ਪੀਏ ਕਦ ਪੀਏ ਕਿਵੇਂ ਪੀਏ ਤੂੰ ਉਹਦੀ ਮਾਂ ਤੇ ਉਹ ਵੀ ਕੇਸਰੀ ਭਗਤ ਸਿੰਘ ਦੀ ਪੱਗ ਵਰ ਖਾ ਕੇ ਇਹ ਉਹਨੂੰ ਜਲੀਲ ਕਰ ਰਹੇ ਆ ਵੀ ਤੂੰ ਸ਼ਰਾਬੀ ਆ ਉਹਨੇ ਮੋਹਰ ਲਾਤੀ ਆਈਏ ਸਾਡੀ ਮੋਹਰ ਲਾ ਕੇ ਦਿਖਾਈ ਆ ਵੀ ਤੂੰ ਸ਼ਰਾਬੀ ਆ ਤੇ ਆਪਣੀ ਮਾਂ ਦੇ ਸਿਰ ਤੇ ਹੱਥ ਧਰ ਐਦੋਂ ਬੜੀ ਗੱਲ ਕੀ ਸਾਡੀ ਬਦਨਾਮੀ ਕਰ ਸਕਦਾ ਏ ਕੇਦਰੀਵਲ ਇਹ ਜਿਹੜਾ ਸਾਡੇ ਪਾਣੀਆਂ ਦੀ ਗੱਲ ਕਰਦਾ ਏ ਖੋਕੇ ਲੈ ਕੇ ਜਾਣ ਦੀ ਜੇ ਸਾਡੇ ਪਰਾਲੀ এনवायरमेंट ਇਹਦਾ ਖਰਾਬ ਹੋ ਜਾਣਾ ਦਿੱਲੀ ਦਾ ਇਹ ਸਾਨੂੰ ਕਹਿੰਦਾ ਅੱਗਾ ਤੁਸੀਂ ਲਾਉਨੇ ਹੋ ਯਾਰ ਕੁਛ ਤਾਂ ਸੋਚੋ ਯਾਰ ਹੋਰ ਮੈਂ ਤਾਂ ਸੁਣ ਲਵਾਂ ਅੱਜ ਮੇਰੇ ਲੁਧਿਆਣੇ ਆਇਓ ਤੁਸੀਂ ਇੱਕ ਵੀ ਆਮ ਆਦਮੀ ਨਹੀਂ ਕਿਤੇ ਲੱਭਿਆ ਆਪਾਂ ਜਿਹੜੇ ਸੰਦੂਲਗੜ੍ਹ ਹਲਕੇ 'ਚ ਬੈਠੇ ਹਾਂ ਆਮ ਆਦਮੀ ਦਾ ਕੈਂਡੀਡੇਟ ਆ ਜਿਹੜਾ 15 ਸਾਲ ਪੁੰਦਰ ਸਾਹਿਬ ਦੀ ਗੱਡੀ 'ਚ ਬੈਠਾ ਰਿਹਾ ਉਹ ਜਿਹੜਾ ਪਰਚੇ ਕਰਾਉਣ ਹੁਣ ਮੈਂ ਤੁਹਾਨੂੰ ਆਪਣੀ ਸਥਿਤੀ ਦੇ ਨਾਲ ਆਧਾਰੇ ਲੈ ਕੇ ਗਏ ਨੇ ਜਿਹੜੇ 6 ਹਲਕੇ ਨੇ ਮੇਰੇ ਸ਼ਹਿਰ ਦੇ ਜਿੱਥੇ ਭਾਰਤ ਭੂਸ਼ਣ ਆਸ਼ੂ ਜੀ ਮੰਤਰੀ ਲੜ ਰਹੇ ਆ ਉਥੇ 2 ਦਿਨ ਪਹਿਲਾਂ ਗੁਰਪ੍ਰੀਤ ਗੋਗੀ ਜੀ ਨੂੰ ਸਾਡਿਆਂ ਨੂੰ ਜਿਹੜੇ ਚੇਅਰਮੈਨ ਵੀਰੇ ਪੀਐਸ ਪੀਐਸ ਆਈਡੀ ਸੀ ਦੇ ਇਦੋਂ ਪਹਿਲਾਂ ਜ਼ਿਲ੍ਹਾ ਪ੍ਰਧਾਨ ਨੂੰ ਲੈ ਕੇ ਗਏ ਆ ਪਰਲੇ ਪਾਸੇ ਸਾਡੇ ਬੈਂਸ ਸਾਹਿਬ ਲੜ ਰਹੇ ਆ ਸਿਮਰ ਜੀ ਬੈਂਸ ਉਥੇ ਸਾਡਾ ਜਿਹੜਾ ਕੜਵਲ ਕੈਂਡੀਡੇਟ ਆ ਤੇ ਉਥੇ ਸਾਡੇ ਕੁਲਵੰਤ ਸਿੱਧੂ ਉਹ 4 ਦਿਨ ਪਹਿਲਾਂ ਜੁਆਇਨ ਕਰਵਾਇਆ ਉਹਨਾਂ ਨੂੰ ਬਿੱਟਰ ਜੀ ਮਾਫੀ ਚਾਹੂੰਗਾ ਜਿਹੜੀਆਂ ਇਹ ਚੀਜ਼ਾਂ ਤੁਸੀਂ ਦੱਸ ਰਹੇ ਹੋ ਤੁਸੀਂ ਪਹਿਲਾਂ ਸਟੇਜ ਤੇ ਵੀ ਬੋਲ ਰਹੇ ਸੀਗੇ ਇਹ ਚੀਜ਼ਾਂ ਸਾਰੀਆਂ ਰਵਾਇਤੀ ਪਾਰਟੀਆਂ 'ਚ ਹੁੰਦੀਆਂ ਤੁਹਾਨੂੰ ਕੀ ਲੱਗਦਾਗਾ ਆਮ ਆਦਮੀ ਪਾਰਟੀ ਤੋਂ ਵੀ ਡਰ ਲੱਗਦਾਗਾ ਸੁਣੋ ਤਾਂ ਸਹੀ ਨਾ ਬਈ ਦੂਜੇ ਪਾਸੇ 1 ਮਿੰਟ ਮੈਂ ਤੁਹਾਨੂੰ ਪੂਰੇ ਕੈਂਡੀਡੇਟ ਗਿਣਾ ਦਾਂ ਇੱਕ ਪਾਸੇ ਸਾਡੀ ਸੈਂਟਰਲ ਹਲਕਾ ਜਿੱਥੇ ਪੱਪੀ ਪ੍ਰਾਸ਼ਰ ਜੀ 5 ਦਿਨ ਪਹਿਲਾਂ ਗਏ ਲੈ ਕੇ ਸਾਡੀ ਸੈਂਟਰਲ ਤੋਂ ਬਾਅਦ ਨਾਰਥਾ ਉੱਥੇ ਸਾਡੇ 5 ਵਾਰ ਐਮਐਲਏ ਨੇ ਪਾਂਡੇ ਜੀ ਉੱਥੇ ਸਾਡੇ ਬੱਗਾ ਜੀ ਕਾਉਂਸਲਰ ਰਹੇ ਉਹਨਾਂ ਨੂੰ ਲੈ ਕੇ ਈਸਥਲ ਕਾ ਸਾਡਾ ਸੰਜੀਤ ਦਲਵਾਰ ਲੜ ਰਿਹਾ ਕਾਂਗਰਸ ਦਾ ਉੱਥੇ ਭੋਲਾ ਜੀ ਤਿੰਨ ਦਿਨ ਪਹਿਲਾਂ ਜੁਆਇਨ ਕਰਾਇਆ ਮੈਂ ਤਾਂ ਇਹ ਕਹਿਣਾ ਵੀ ਇਹ ਅਲੱਗ ਕੀ ਆ ਫਿਰ ਮੈਨੂੰ ਦਰ ਦਰਦਾ ਯਾਰ ਇਲੈਕਸ਼ਨ ਤਾਂ ਜਦੋਂ ਲੜਨੀ ਆ ਉਹ ਅਸੀਂ ਨਾ ਇਲੈਕਸ਼ਨਾਂ ਚ ਕੋਈ ਡਰ ਹੁੰਦਾ ਨਾ ਕੋਈ ਭਾਅ ਹੁੰਦਾ ਤਾਂ ਲੋਕਾਂ ਨੇ ਵੋਟਾਂ ਪਾਉਣੀਆਂ ਹੁੰਦੀਆਂ ਉਹ ਪੈ ਜਾਣੀਆਂ ਉਹ ਕਿਸੇ ਨੇ ਜ਼ਬਰਦਸਤੀ ਨਹੀਂ ਪਵਾ ਸਕਣਾ ਕਿਸੇ ਨੇ ਕੁਝ ਨਹੀਂ ਉਹ ਕੋਈ ਨਹੀਂ ਅਸੀਂ ਕਿਹੜਾ ਨਵੇਂ ਪਲੇਅਰ ਹਾਂ 1992 ਦੇ ਪਤਾ ਨਹੀਂ ਕਿੰਨੀਆਂ ਇਲੈਕਸ਼ਨਾਂ 21 ਵਿਧਾਨ ਸਭਾ ਹਲਕਿਆਂ 'ਚ ਮੈਂ ਇਲੈਕਸ਼ਨਾਂ ਲੜ ਲੀਆਂ ਉਹ ਕਹਿੰਦੇ ਵੀ ਅਲੱਗ ਇਹ ਹੈ ਵੀ ਸਾਡੇ ਕੋਲੇ ਸੱਤਾ ਨਹੀਂ ਆਈ ਇੱਕ ਵਾਰੀ ਸਾਨੂੰ ਮੌਕਾ ਦਿਓ ਤੁਸੀਂ ਵੋਟ ਵੀ ਦੇਖ ਲਈ ਹੋਣਗੇ ਲੱਗੇ ਵੇ ਫਿਰ ਸਾਡੇ ਕੱਡੇ ਵੱਡੇ ਹੀ ਲੱਭੇ ਤੁਹਾਨੂੰ ਹੂੰ ਉਹ ਕੋਈ ਬੰਦਾ ਤਾਂ ਚਿਹਰਾ ਤਾਂ ਲੈ ਕੇ ਆਓ ਜਿਹੜੇ ਜਿਨ੍ਹਾਂ ਨੂੰ ਅਸੀਂ ਨਹੀਂ ਟਿਕਟਾਂ ਦਿੱਤੀਆਂ ਉਹ ਤੁਹਾਡੇ ਕੈਂਡੀਡੇਟ ਨੇ ਜਿਨ੍ਹਾਂ ਅਕਾਲੀ ਦਲ ਨੇ ਨਹੀਂ ਟਿਕਟਾਂ ਦਿੱਤਾ ਉਹ ਤੁਹਾਡੇ ਕੈਂਡੀਡੇਟ ਨੇ ਇਨਾ ਤੋਂ ਕੀ ਕਰਵਾਉਂਗੇ ਬਟੂ ਜੀ ਐਂ ਲੱਗਦਾ ਜਿਵੇਂ ਤੁਹਾਨੂੰ ਦੁੱਖ ਹੋਵੇ ਵੀ ਆਪਦੇ ਛੱਡ ਕੇ ਬਾਗੇ ਹੁਣ ਵੋਟਾਂ ਨਹੀਂ ਪੈਣੀਆਂ ਮੈਂ ਕਿਹਾ ਜਮਾ ਹੀ ਨਹੀਂ ਇਹ ਤਾਂ ਪਤਾ ਲੱਗ ਜਾਊਗਾ ਹੁਣ ਕਿੰਨੀਆਂ ਸੀਟਾਂ ਦਾਵਾ ਕਰਦੇ ਅਸੀਂ ਸਾਡੀਆਂ ਤਾਂ 80 ਤੋਂ ਵੱਧ ਹੁਣ ਨੇ ਹੂੰ ਤੇ ਉਨੀਆਂ ਖੁੰਡ ਰਹਿ ਜਾਣਗੀਆਂ 80 ਸੁਖਵੀਰ ਬਾਦਲ ਕਹਿੰਦੇ ਆ ਉਹ ਤਾਂ ਕੁਝ ਖਾ ਪੀ ਕੇ ਕਹਿ ਦਿੰਦਾ ਉਹਦਾ ਨਾ ਉਹਦਾ ਤੁਸੀਂ ਸੀਰੀਅਸ ਨਾ ਲਿਆ ਕਰੋ ਪਰ ਬੜੇ ਲੋਕ ਇਹ ਵੀ ਕਹਿ ਦਿੰਦੇ ਆ ਵੀ ਬਿੱਟੂ ਸਾਹਿਬ ਅੰਦਰ ਖਾਤੇ ਰਲੇਵੇ ਆ ਲੋਕਾਂ ਨੂੰ ਗੁੱਧੂ ਬਣਾਉਂਦੇ ਅੱਗੇ ਜਲਾਲਾਬਾਦ ਬਾਗੇ ਸੀਗੇ ਹੁਣ ਇਧਰ ਚੱਕਰ ਖੜਦੇ ਫਿਰਦੇ ਆ ਮਾਨਸਾ ਜਿਹੜੇ ਤੇ ਕਰ ਜਾਣੀਆਂ ਸੈਟਿੰਗ ਕੋਈ ਨਾ ਕੋਈ ਛੋਡੇ ਹਾਸੀ ਵੀ ਦੱਸ ਰਹੀ ਆ ਦੱਸੋ ਮੇਰੀ ਕਿਹੜਾ ਕੋਈ ਟਰਾਂਸਪੋਰਟ ਚੱਲਦੀ ਆ ਹੂੰ ਬਾਦਲਾ ਨਾਲ ਹੂੰ ਰਿਸ਼ਤੇਦਾਰੀ ਜਾਂ ਸੈਟਿੰਗ ਤਾਂ ਉਹਨੂੰ ਕਰਨੀ ਪੈਂਦੀ ਹੁੰਦੀ ਆ ਜਿਹਦਾ ਕੋਈ ਵਪਾਰ ਚੱਲਦਾ ਹੋਵੇ ਮੇਰੀ ਸਰਕਾਰ ਨਾ ਆਈ ਜਾਂ ਇਹਦੀ ਆ ਗਈ ਮੇਰੇ ਕਿਹੜਾ 5 ਸਟਾਰ ਹੋਟਲ ਨੇ ਮੇਰੀ ਕਿਹੜਾ ਰੇਤੇ ਦੀ ਖਾਡਾ ਕੋਈ ਇਸ ਕਰਕੇ ਅਸੀਂ ਤਾਂ ਚੀ ਮੰਿਸਟਰੀਆਂ ਦੇਖੀਆਂ ਹੋਈਆਂ ਸਰਦਾਰ ਬਿਆਨ ਸਿੰਘ ਜੀ ਜਦੋਂ ਅਸੀਂ ਇਹ ਤਾਂ ਭੱਜੇ ਹੋਏ ਸੀ ਇਹ ਤਾਂ ਸਭ ਬਾਰਸ਼ ਹੀ ਬਦਲ ਤੇ ਸਖਵੀਰ ਹੋਣੀ ਤਾਂ ਉਸ ਵੇਲੇ ਹੈ ਹੀ ਨਹੀਂ ਸੀ ਧਾਰ ਵਾਲੀ ਗੱਲ ਤਾਂ ਮੈਨੂੰ ਯਾਦ ਆਗਾ ਕੈਨੇਡਾ ਕਨੋਡਾ ਕੀ ਪਤਾ ਚੰਗਾ ਮਾਲਗਰਾਮ ਕੁੱਟੀ ਬੈਠੇ ਹਾਂ ਚਲੋ ਤੁਸੀਂ ਤੁਹਾਡੇ ਉੱਥੇ ਵੀ ਚੈਨਲ ਕਈ ਚੱਲਦੇ ਆ ਜਿਨ੍ਹਾਂ ਦੀ ਅੱਜ ਕੱਲ ਸਾਡੇ ਬਾਹਰ ਤਾਂ ਇਦੋਂ ਵੀ ਮਾੜੇ ਬੈਠਿਆ 2020 ਵਾਲੇ ਉਹ ਤਾਂ ਜਾਣ ਨਹੀਂ ਉਹ ਤਾਂ ਰੋਜ਼ ੜੀਕਦਾ ਵੀ ਆਉ ਉਹ ਸਹੀ ਉਹ ਤਾਂ ਸਾਨੂੰ ਕੈਨੇਡਾ ਅਮਰੀਕਾ ਤਾਂ ਮੈਂ ਜਾ ਹੀ ਨਹੀਂ ਸਕਦਾ ਪ੍ਰਾਪਰਟੀ ਦਾ ਦੂਰ ਦੀ ਗੱਲ ਆ ਚਲ ਥੋੜੇ ਰਾਂ ਇਹ ਵੀ ਕਹਿ ਦਿੰਦਾ ਵੀ ਆ 2020 ਖਾਲਿਸਤਾਨੀ ਬਹੁਤ ਨੇ ਅਮਰੀਕਾ ਕੈਨੇਡਾ ਕੱਢੇ ਹੋ ਸਾਡੀ ਕੋਈ ਜਾਇਦਾਦ ਤੇ ਰਤਨਦੀਪ ਨੂੰ ਦੱਸ ਦਿਓ ਜੇ ਕਿਤੇ ਚੱਲਦਾ ਹੋਇਆ ਮੇਰਾ ਕੁਝ ਕੰਮ ਬਿੱਟੇ ਜੀ ਫਿਰ ਜਵਾਬ ਦੇਣਾ ਬੜਾ ਔਖਾ ਹੋ ਜਾਣਾ ਮੈਂ ਕਿਹਾ ਹੱਦ ਹੋ ਗਈ ਇਹ ਤਾਂ ਇਹ ਤਾਂ ਚਿੱਟੀ ਦામਨ ਜੇ ਸਿਆਸਤ ਚ ਰਹਿਣਾ ਤਾਂ ਰੱਖਣਾ ਪੈਂਦਾ ਭਾਈ ਹੂੰ ਥੋੜੇ ਮੂਰੇ ਮੈਨੂੰ ਮੈਂ ਕਹਿੰਦੇ ਤਾਂ ਸਾਰੀ ਆ ਵੀ ਸਾਡਾ ਚਟਾ ਦામਣਾ ਕਹਿੰਦੇ ਤਾਂ ਸਾਰੀ ਆ ਵੀ ਅਸੀਂ ਚਿੱਟੇ ਕੱਪੜੇ ਪਾਉਣੇ ਆ ਨਹੀਂ ਅਸੀਂ ਤਾਂ ਕਾਲੇ ਵੀ ਪਾਏ ਚਿੱਟੇ ਦੀ ਗੱਲ ਨਹੀਂ ਕਾਲੇ ਵੀ ਪਾਏ ਆ ਇਹ ਕੋਈ ਡਰਾਮਾ ਨਹੀਂਗਾ ਜੁੱਤੀ ਵੀ ਕਾਲੀ ਆ ਤੇ ਜੈਕਟ ਵੀ ਕਾਲੀ ਆ ਤੇ ਪੱਗ ਕਿਹੜੀ ਆ ਇਹ ਦੇਖ ਲੋ ਤਾਂ ਮਾਨਸਾ ਦੀ ਜੇ ਮੈਂ ਗੱਲ ਕਰਦਾ ਖਾਸ ਕਰਕੇ ਸਿੱਧੂ ਮੂਸੇ ਵਾਲੇ ਦੀ ਅੱਜ ਤੁਹਾਡੇ ਨਾਲ ਪਹਿਲੀ ਯਾਰੋ ਇਕੱਠੇ ਵੀ ਦਿਖੇ ਆ ਕੀ ਲੱਗਦਾਗਾ ਪਹਿਲੇ ਦਿਨੀ ਜਦੋਂ ਉਹਨਾਂ ਦੀ ਟ੍ਰੈਕਟ ਅਨਾਉਂਸ ਹੁੰਦੀ ਆ ਟ੍ਰੈਕਟ ਲਾਈਨ ਨੂੰ ਉਹ ਚਾਹ ਬਣ ਸੀਗੇ ਉਦੋਂ ਤੁਸੀਂ ਬੜਾ ਬਿਆਨ ਦਿੰਦੇ ਰਹੇ ਉਹਨਾਂ ਦੇ ਬਾਰੇ ਮੈਂ ਤਾਂ ਹੱਕ ਜ ਦਿੱਤੇ ਉਹਦੇ ਮੈਂ ਤਾਂ ਇਹ ਗੱਲ ਕਹੀ ਵੀ ਦੇਖੋ ਉਹ ਕਈ ਗੱਲਾਂ ਕਰਦੇ ਸੀ ਵੀ ਉਹ ਵੀ ਸਾਡੇ ਪ੍ਰਭਾ ਸੀ ਚੁਸ਼ਮਿੰਦਰ ਹੁਣੀ ਵੀ ਜਿਹੜੇ ਕਾਂਗਰਸ ਪਾਰਟੀ ਦੇ ਉਹ ਬਹੁਤ ਮੇਰੇ ਨੇੜੇ ਰਹੇ ਬਹੁਤ ਨਜ਼ਦੀਕ ਰਹੇ ਅਸੀਂ ਤਾਂ ਇਕੱਠੇ ਮੇਰੇ ਲੁਧਿਆਣੇ ਬਹੁਤ ਰਹਿੰਦੇ ਰਹੇ ਅਸੀਂ ਰਿਸ਼ਤੇਦਾਰੀ ਆ ਸਾਡੇ ਇੱਕ ਦੂਜੇ ਦੇ ਉੱਤੇ ਮੈਂ ਇਹ ਕਹਿੰਦਾ ਸੀ ਵੀ ਜਿਹੜਾ ਇਹ ਮੂਸੇਵਾਲ ਸਾਹਿਬ ਨੇ ਮੈਨੂੰ ਇਹਦੇ ਬਾਰੇ ਤਾਂ ਪਤਾ ਸੀ ਕਿਉਂਕਿ ਇਹਨਾਂ ਦਾ ਪਿੰਡ ਸਰਦੂਲਗੜ੍ਹ ਚ ਪੈਂਦਾ ਜੀ ਉੱਥੋਂ ਇਹ ਸਾਡੇ ਜਿਹੜੇ ਰਿਸ਼ਤੇਦਾਰ ਨੇ ਅਜੀਤਿੰਦਰ ਸਿੰਘ ਮੋਫਰ ਸਾਹਿਬ ਜੀ ਉਹਨਾਂ ਨੇ ਕਿਹਾ ਵੀ ਤੁਸੀਂ ਭਾਈ ਬਹੁਤ ਚੰਗੇ ਬੰਦੇ ਹੋ ਇਹਨਾਂ ਦੇ ਪਿਤਾ ਜੀ ਨੂੰ ਵੀ ਤੁਸੀਂ ਪਿੰਡ ਦੇ ਸਰਪੰਚ ਪੋਲਿਟਿਕਸ ਚਾਓ ਅੱਗੇ ਉਹ ਜਿਹੜਾ ਲੇਡੀ ਰਿਜ਼ਰਵ ਸਰਵ ਹੋ ਗਿਆ ਪਿੰਡ ਤੇ ਇਹ ਮੁਸੇਹਲ ਸਾਹਿਬ ਦੇ ਮਦਰ ਨੇ ਜਿਹੜੇ ਉਹ ਪਿੰਡ ਦੇ ਸਰਪੰਚ ਬਣ ਗਏ ਤੇ ਚੰਗੀ ਉਹ ਸੇਵਾ ਕਰ ਰਹੇ ਸੀ ਇਹ ਮੁੰਡਾ ਮੈਂ ਇਹ ਕਹਿ ਰਿਹਾ ਸੀ ਵੀ 5 ਕਿਲੇ ਤੇ 7 ਕਿਲੇ ਤੋਂ ਵੱਧ ਇਹਦੇ ਕੋਲ ਜ਼ਮੀਨ ਨਹੀਂ ਸੀ ਤੇ ਜੇ ਅੱਜ ਕੱਲ ਤੁਸੀਂ ਜਾ ਕੇ ਜਾਂ ਮੈਂ ਕੋਈ ਵੀ ਜੇ ਉਹਨੇ ਮਿਹਨਤ ਕਰਕੇ ਨੋ ਕਮਾ ਲਿਆ ਆਪਣਾ ਜਾ ਕੇ ਬਾਹਰ ਜਾ ਕੇ ਅੱਜ ਉਹ ਰੇਂਜ ਰੋਵਰ ਚ ਜਾਂ ਉਹ ਜਿਹੜੀਆਂ ਵੀ ਗੱਡੀਆਂ ਮਰਸੀਡੀਜ਼ ਜਾਂ ਅੱਜ ਜਿਵੇਂ ਐਕਸ 6 ਆਈ ਸੀ ਤੇ ਫਿਰ ਯਾਰ ਉਹਨੇ ਆਪਣੀ ਮਿਹਨਤ ਨਾਲ ਤਰੱਕੀ ਕੀਤੀ ਨਾ ਤੇ ਅੱਜ ਜੇ ਉਹ ਇੱਥੋਂ ਐਮ ਐਲ ਏ ਬਣ ਜਾਂਦਾ ਇਸ ਜ਼ਿਲ੍ਹੇ ਤੋਂ ਜਿਹੜਾ ਕਿ ਬੈਕਵਰਡ ਜ਼ਿਲ੍ਹਾ ਕਿਹਾ ਜਾਂਦਾ ਅੱਜ ਉਹਦੇ ਮੈਂ ਮੈਂ ਫੈਨ ਫਾਲੋਇੰਗ ਆ ਜਿਹੜੀ ਉਹ ਦੁਨੀਆ ਚ ਉਹ ਕਿਸੇ ਵੀ ਪੰਜਾਬੀ ਨੂੰ ਕਹਿ ਸਕਦਾ ਟ੍ਰਾਂਟੋ ਜਾ ਕੇ ਇੰਗਲੈਂਡ ਜਾ ਕੇ ਵੀ ਭਾਈ ਮੇਰੇ ਇੱਥੇ ਕੋਈ ਕਾਰਖਾਨਾ ਲਾਓ ਜਦ ਮੇਰੇ ਬੱਚਿਆਂ ਨੂੰ ਬਾਹਰ ਟ੍ਰੇਨਿੰਗ ਲਈ ਲੈ ਕੇ ਜਾਓ ਮੇਰੇ ਬੱਚਿਆਂ ਨੂੰ ਵਧੀਆ ਪੜ੍ਹਾਈ ਦੋ ਨੌਜਵਾਨਾਂ ਨੂੰ ਬੈ ਤਾਂ ਇਸ ਗੱਲ ਨੂੰ ਕਿਹਾ ਸੀ ਵੀ ਨਾ ਰੋਕੋ ਇਹ ਚੰਗਾ ਨੌਜਵਾਨ ਹੈ ਤੁਹਾਨੂੰ ਲੱਗਦਾ ਤੁਹਾਡਾ ਹੀ ਯੂਥ ਦਾ ਪ੍ਰਧਾਨ ਇੱਥੇ ਆ ਕੇ ਉਹਨਾਂ ਦੇ ਖਿਲਾਫ ਰੈਲੀ ਦੇ ਵਿੱਚ ਬੋਲ ਜਾਂਦੇ ਆ ਇਹ ਐਂ ਤਾਂ ਗੱਲ ਹੁੰਦੀ ਨਹੀਂ ਤੁਹਾਨੂੰ ਵੀ ਪਤਾ ਗੱਲਾਂ ਕਿਵੇਂ ਚੱਲਦੀਆਂ ਉਹ ਮੈਂ ਮੰਨਦਾ ਉਹ ਉਹਨਾਂ ਦੇ ਜਿਹੜੇ ਯੂਥ ਦੇ ਪ੍ਰਧਾਨ ਨੇ ਜਿਹੜੇ ਉਰੇ ਮਾਨਸਾ ਦੇ ਚਸ਼ਮੰਦਰੀ ਟਿਕਟ ਮੰਗਦੇ ਸੀ ਉਹ ਆਪ ਯੂਥ ਪ੍ਰਧਾਨ ਹੁੰਦੇ ਉਹ ਉਸ ਵੇਲੇ ਉਹਦੇ ਲਈ ਟਿਕਟ ਮੰਗਦੇ ਸੀ ਸਿੱਧੂ ਮੂਸੇਵਾਲਾ ਤਾਂ ਉਦੋਂ ਜੁਆਇਨ ਕੀਤੇ ਸੀ ਇਹਦੇ ਟਿਕਟ ਨਹੀਂ ਮਿਲੀ ਸੀ ਜਦੋਂ ਉਹਨਾਂ ਨੇ ਰੈਲੀ ਕੀਤੀ ਉਸ ਵੇਲੇ ਸਭ ਦਾ ਜੋਰ ਇੱਕ ਵਾਰੀ ਜਦੋਂ ਟਿਕਟ ਮਿਲ ਜਾਂਦੀ ਆ ਹੁਣ ਤੁਸੀਂ ਮੈਨੂੰ ਦੱਸ ਦਿਓ ਵੀ ਕੋਈ ਪ੍ਰਧਾਨ ਜਾਂ ਕੋਈ ਹੋਰ ਮੂਸੇਵਾਲਾ ਸਾਹਿਬ ਦੇ ਉਲਟ ਆਇਆ ਜਾਂ ਆਏਗਾ ਫਿਰ ਦੇਖ ਲਿਓ ਇਸ ਕਰਕੇ ਯਾਰੀ ਆਪਾਂ ਇਸ ਗੱਲ ਦਾ ਇੱਕ ਪਹਿਲਾਂ ਤਾਂ ਮੈਂ ਹਰੇਕ ਬੰਦੇ ਜਿਹਦੇ ਗੱਡੀ 'ਚ ਤਾਂ ਮੂਸੇ ਵਾਲਾ ਜੀ ਇਹੀ ਬੰਦੇ ਜਿਹੜੇ ਵਿਰੋਧ ਕਰਦੇ ਆ ਗੱਡੀਆਂ 'ਚ ਬਹਿ ਕੇ ਜਿਹੜੇ ਨੌਜਵਾਨ ਨੇ ਉਹਦੀ ਗੱਡੀਆਂ 'ਚ ਬਹਿ ਕੇ ਉਹ ਆ ਕੀ ਬਣਾਉਂਦੇ ਨੇ ਤੁਹਾਡੀ ਗੱਡੀ 'ਚ ਕੀ ਚੱਲਦਾ ਇਹ ਮੇਰੀ ਗੱਡੀ 'ਚ ਤਾਂ ਪੁਰਾਣੀ ਚੱਲਦੇ ਆ ਮੁਹੰਮਦ صدیق ਹੋਏ ਗੁਰਦਾਸ ਮਾਨ ਹੋਏ ਉਹ ਵੀ ਟਿਕਟ ਦੇ ਚਾਹ ਬਣ ਸੀ ਉਹਨਾਂ ਨੂੰ ਵੀ ਨਹੀਂ ਮਿਲੀ ਉਹ ਯਾਰ ਹੁਣ ਮੈਂਬਰ ਪਾਰਲੀਮੈਂਟ ਨੇ ਦੱਸੋ ਮਣੇ ਇਦੋਂ ਬਾਅਦ ਮੈਂ ਤਾਂ ਇਹ ਠੀਕ ਆ ਆ ਗੱਲ ਤੁਸੀਂ ਮੈਂ ਤੁਹਾਨੂੰ ਕਿਹਾ ਵੀ ਮੈਂ ਕਦੇ ਝੂਠ ਨਹੀਂ ਗੱਲ ਕਰਦਾ ਉਹ ਪਹਿਲਾਂ ਤਾਂ ਉਧਰੋਂ ਹੀ ਚਾਹੁੰਦੇ ਸੀ ਟਿਕਟ ਫਿਰ ਪਾਰਟੀ ਕਹਿੰਦੀ ਤੁਸੀਂ ਭਦੌੜ ਤੋਂ ਲੜ ਲਓ ਜੀ ਜਿਹੜੀ ਉਹਨਾਂ ਦੀ ਆਪ ਦੀ ਸੀਟ ਸੀ ਕਿਹੜੀ ਸੀ ਉਹ ਪਹਿਲਾਂ ਜਿੱਥੋਂ ਜੈਤੋ ਜੈਤੋ ਤੋਂ ਜੈਤੋ ਤੋਂ ਵੀ ਇਤਕੀ ਮੰਗ ਰਹੇ ਸੀ ਉਹ ਭਦੌੜ ਤੋਂ ਵੀ ਮੰਗ ਰਹੇ ਸੀ ਹਾਂ ਜੈਤੋ ਤੋਂ ਉਹ ਕਹਿੰਦੇ ਸੀ ਵੀ ਆਪਣੀ ਬੇਟੀ ਲਈ ਟਿਕਟ ਮੰਗਦੇ ਸੀ ਪਾਰਟੀ ਕਹਿੰਦੀ ਸੀ ਵੀ ਭਦੌੜ ਤੋਂ ਤੁਸੀਂ ਆਪ ਖੜੇ ਹੋ ਜਾਓ ਤੇ ਮੈਂ ਤਾਂ ਆਪ ਪੁੱਛ ਲਿਓ ਮੈਂ ਕਿਹਾ ਸਦੀਕ ਸਾਹਿਬ ਕਿਉਂਕਿ ਬੜੇ ਤਿਰਜ਼ਮਾਤਵਾਦ ਵੇਲੇ ਜਦੋਂ ਕੋਈ ਨਹੀਂ ਸੀ ਲਾਉਂਦਾ ਤੇ ਇਹ ਉਸ ਵੇਲੇ ਕਾਂਗਰਸ ਪਾਰਟੀ ਦੇ ਸਪਾਈ ਬਣ ਕੇ ਖਾੜੇ ਵੀ ਲਾਉਂਦੇ ਸੀ ਪਹਿਲਾਂ ਪਹਿਲਾਂ ਰੱਬ ਦੇ ਗੀਤ ਵੀ ਗਾਉਂਦੇ ਸੀ ਉਸ ਵੇਲੇ ਕੱਟਕੁੱਟ ਤਾਂ ਹੁੰਦੇ ਨਹੀਂ ਸੀ ਜਿਹੜੇ 5-7 ਬੰਦੇ ਮੂਰੇ ਬਹਿੰਦੇ ਸੀ ਉਹਨਾਂ ਨੂੰ ਹੀ ਰਾਤ ਨੂੰ ਮਾਰ ਜਾਂਦੇ ਸੀ ਆ ਕੇ ਉਹ ਉਸ ਵੇਲੇ ਲੋਕ ਅਲੱਗ ਸੀ ਉਹਨਾਂ ਨੂੰ ਪਤਾ ਵੀ ਹੁੰਦਾ ਸੀ ਰਾਤ ਨੂੰ ਸਾਨੂੰ ਮਾਰ ਜਾਨਾ ਟੈਰਰਿਸਟਾਂ ਨੇ ਪਰ ਫਿਰ ਵੀ ਉਹ 5 ਬੰਦੇ ਕਾਂਗਰਸ ਦੀ ਦਰੀ ਬਿਛਾ ਕੇ ਮਾਈਕ ਲਾ ਕੇ ਇਹਨਾਂ ਨੂੰ ਬੁਲਾਉਂਦੇ ਸੀ ਮੈਂ ਤਾਂ ਇਹ ਗੱਲ ਕਹੀ ਸੀ ਮੈਂ ਕਿਹਾ ਪ੍ਰਮਾਤਮਾ ਦੀ ਮਿਹਰ ਨਾਲ ਬੜਾ ਵੱਡਾ ਨੌ ਹੋ ਗਿਆ ਬੜਾ ਪ੍ਰਮਾਤਮਾ ਨੇ ਬਖਸ਼ਿਸ਼ ਹੈ ਐਮਪੀ ਬਣੇ ਹੋਏ ਹਾਂ ਤੇ ਤੁਸੀਂ ਇਲੈਕਸ਼ਨ ਨਹੀਂ ਲੜਨੀ ਮੈਂਬਰ ਪਾਰਲੀਮੈਂਟ ਇੱਕ ਵੱਡੀ ਚੀਜ਼ ਆ ਜਾਂ ਐਮ.ਐਲ.ਏ. ਵੱਡੀ ਚੀਜ਼ ਆ ਤੇ ਉਹਨਾਂ ਨੇ ਇਸ ਗੱਲ ਨੂੰ ਮੰਨਿਆ ਵੀ ਸੁਣਿਆ ਵੀ ਬਾਅਦ ਚ ਉਹ ਪਿੱਛੇ हट ਗਏ ਤੇ ਫਿਰ ਚਰਨਜੀਤ ਚੰਨੀ ਜੀ ਨੇ ਇਹ ਫੈਸਲਾ ਕੀਤਾ ਕਿਉਂਕਿ ਲਗਾਤਾਰ ਇਹ ਸੀਟ ਜਿਹੜੀ ਆ 6 ਤੋਂ ਵੱਧ ਵਾਰ ਇਹ ਸੀਟ ਸਾਡੀ ਹਾਰੀ ਹੋਈ ਆ ਕਾਂਗਰਸ ਦੀ ਤੇ ਸਭ ਤੋਂ ਔਖੀ ਸੀਟ ਚਰਨਜੀਤ ਚੰਨੀ ਜੀ ਨੇ ਫੈਸਲਾ ਕੀਤਾ ਮੈਂ ਆਉਂਗਾ ਦੂਜੀ ਗੱਲ ਭਗਵੰਤ ਮਾਨ ਦਾ ਏਰੀਆ ਇਹ ਸਗਰੂਰ ਬਰਨਾਲਾ ਤੇ ਚਰਨਜੀਤ ਚੰਨੀ ਜੀ ਜਦੋਂ ਇੱਕ ਮੁੱਖ ਮੰਤਰੀ ਦੇ ਜਿਹੜੇ ਸਾਡੇ ਚਿਹਰੇ ਨੇ ਉਹ ਆ ਕੇ ਇੱਥੇ ਇਲੈਕਸ਼ਨ ਲੜਨੇ ਕੇਜਰੀਵਾਲ ਸਾਹਿਬ ਕਹਿੰਦੇ ਚਮਕੌਰ ਸਾਹਿਬ ਤੋਂ ਮੁੱਖ ਮੰਤਰੀ ਚਰਨਜੀਤ ਸਿੰਘ ਚ ਨਹੀਂ ਹਾਰ ਰਹੇ ਨੇ ਨਹੀਂ ਮੈਂ ਤੁਹਾਨੂੰ ਝੂਠ ਨਹੀਂ ਬੋਲੂਗਾ ਜੋ ਸਾਡੀ ਸਾਡੇ ਫੈਸਲਾ ਹੋਇਆ ਕਿਉਂਕਿ ਮੈਂ ਵੀ ਮੀਟਿੰਗਾਂ 'ਚ ਬੈਨਾ ਹਾਂ ਉੱਥੇ ਇਹ ਗੱਲ ਸੀ ਵੀ ਚੰਨੀ ਦਾ ਇੱਕ ਬੜਾ ਉਹਨਾਂ ਦਾ ਫਾਇਦਾ ਹੋਏਗਾ ਜਾਂ ਪਹਿਲਾਂ ਏਸੀ ਵੀ ਇੱਕ ਉਹਨਾਂ ਤੋਂ ਉਹ ਕਹਿੰਦੇ ਚਮਕੌਰ ਸਭ ਤਾਂ ਮੈਂ ਲੜਨਾ ਮੇਰੀ ਸੀਟ ਹੈ ਹੁਣ ਮੈਂ ਮੁੱਖ ਮੰਤਰੀ ਬਣ ਕੇ ਸੀਟ ਨੂੰ ਕਿਉਂ ਛੱਡਾਂ ਮੇਰੇ ਲੋਕਾਂ ਨੇ ਮੈਨੂੰ ਇੰਨੇ 15 ਸਾਲ ਮੈਨੂੰ ਜਿਤਾਇਆ ਪਹਿਲਾਂ ਅਸੀਂ ਗੱਲ ਚੱਲ ਰਹੀ ਸੀ ਆਦਮਪੁਰ ਜਾਂ ਮਤਲਬ ਜਾਂ ਦਵਾਬੇ ਚ ਕਿਤੇ ਸੀਟ ਲੜਨ ਇੱਕ ਜ਼ਰੂਰ ਜਿਵੇਂ ਪਿਛਲੀ ਵਾਰ ਕੈਪਟਨ ਅਮਰਿੰਦਰ ਸਿੰਘ ਤੇ ਮੈਂ ਅਸੀਂ ਆ ਕੇ ਬਾਦਲ ਤੇ ਜਲਾਲਾਬਾਦ ਜਲਾਲਾਬਾਦ ਲੜੇ ਸੀ ਤੇ ਲੰਬੀ ਲੜੇ ਸੀ ਉਦੋਂ ਇਸ ਇਹ ਗੱਲ ਚੱਲਦੀ ਸੀ ਬੀ ਆਮ ਆਦਮੀ ਪਾਰਟੀ ਆ ਉਹ ਭਗਵੰਤ ਮਾਨ ਚਲੇਗੇ ਲੜਨੋਂ ਦੇ ਨਾਲ ਸੁਖਵੀਰ ਬਾਦਲ ਨਾਲ ਤੇ ਇੱਕ ਇਹਨਾਂ ਦਾ ਐਮਐਲਏ ਸੀ ਜਿਹਨਾਂ ਦੀ ਪਿੱਛੇ ਡੈਥ ਹੋ ਗਈ ਕੋਵਿਡ ਨਾਲ ਆਮ ਆਦਮੀ ਦਾ ਉਹ ਇਲੈਕਸ਼ਨ ਲੜਨ ਚਾਰਜ ਸੀਗੇ ਉਹ ਲੜਨਾ ਆਏ ਸੀ ਬਾਦਲ ਸਾਹਿਬ ਨਾਲ ਤੇ ਪ੍ਰਸ਼ਾਂਤ <strong>ਕਿਸ਼ੋਰ</strong> ਉਹਨਾਂ ਨੇ ਇਹ ਗੱਲ ਕਿਹਾ ਵੀ ਇਹ ਪਰਸੈਪਸ਼ਨ ਇਹ ਜਾ ਰਹੀ ਆ ਵੀ ਬਾਦਲਾਂ ਨਾਲ ਜੇ ਕੋਈ ਲੜ ਰਿਹਾ ਤੇ ਆਮ ਆਦਮੀ ਲੜ ਰਿਹਾ ਇਹ ਆਪਣੇ ਵੱਡੇ ਚਿਹਰੇ ਉਤਾਰ ਤੇ ਉਹਦੇ ਉਲਟ ਤੇ ਕਾਂਗਰਸ ਪਾਰਟੀ ਆਪਣੇ ਵੱਡੇ ਚਿਹਰਿਆਂ ਨੂੰ ਇਹਦਾ ਮਤਲਬ ਬਾਦਲ ਦੇ ਉਲਟ ਨਹੀਂ ਰੜਾ ਲੇ ਤੇ ਇਹ ਲੜੇ ਹੋਏ ਆ ਹਮ ਗੱਲ ਤੁਸੀਂ ਉਹੀ ਕਰਤੀ ਬਾਅਦ ਚ ਫੇਰ ਪੁੱਠੀ ਪੈ ਗਈ ਹਮ ਉਹ ਤਾਂ ਚਰਚਾ ਹੈ ਨਾ ਉਹ ਇਹ ਗੱਲ ਹੋ ਗਈ ਹਾਂ ਇਹ ਸੱਚ ਸੀ ਸਾਨੂੰ ਅਸੀਂ ਰੋਕਣਾ ਆਮ ਆਦਮੀ ਨੂੰ ਸੀ ਕਿਉਂਕਿ ਬਾਦਲ ਤਾਂ ਸਾਨੂੰ ਪਤਾ ਸੀ ਵੀ ਗਏ ਸੀ ਜੇ ਕਹਣਾ ਹੈ ਵੀ ਕੈਪਟਨ ਸਾਹਿਬ ਦਾ ਚਲੋ ਸਿੱਧ ਕਰਤਾ ਕਾਂਗਰਸ ਨੇ ਠੱਪਾ ਲਾ ਕੇ ਬਾਹਰ ਕੱਢ ਤੇ ਬਾਦਲ ਰੜੇ ਪਿਆ ਹੁਣ ਰਵਨੀਤ ਸਿੰਘ ਬਿੱਟੂ ਰਹਿ ਗਏ ਅਗਲੇ 5 ਸਾਲਾਂ ਨੂੰ ਸੋਡੀ ਵੀ ਚਰਚਾ ਕਹਿੰਦੇ ਬੀਜੇਪੀ 'ਚ ਛਾਲ ਮਾਰਨ ਨੂੰ ਫਿਰਦੇ ਆ ਬੀਜਪੀ ਦੇ ਤਾਂ ਯਾਰ ਪ੍ਰਧਾਨ ਮੰਤਰੀ ਆਏ ਉਹਰੇ ਕੁਰਸੀਆਂ ਵਿੱਚ ਖਾਲੀ ਰਹਿ ਗਈਆਂ ਤੇ ਮੇਰੇ ਸ਼ੇਰ ਸਾਡੇ ਕੈਪਟਨ ਅਮਰਿੰਦਰ ਸਿੰਘ ਦੇਖੋ ਕਿਡਾ ਹੌਸਲਾ ਹੈ ਖਾਲੀ ਕੁਰਸੀਆਂ ਨੂੰ ਬੋਲਦੇ ਰਹੇ ਤੇ ਤੁਸੀਂ ਬੀਜਪੀ ਦਾ ਸਮਝਦੇ ਹੋਰੇ ਕੋਈ ਬੀਜਪੀ ਦਾ ਕਿਤੇ ਵੀ ਡਬਲ ਅੰਕੜਿਆਂ ਵਿੱਚ ਵੀ ਕਿਤੇ ਹੈਗਾ ਤੇ ਜੇ ਉਹਨੂੰ ਹਮ ਤੋਂ ਦੁਬਈ ਡੂਬੇ ਸਨਮੋ ਨਾਲ ਲੈ ਕੇ ਜਿਹੜੇ ਆਪਣੇ ਢੀਂਟਾ ਸਾਹਿਬ ਤੇ ਕੈਪਟਨ ਸਾਹਿਬ ਇਹ ਵੀ ਅਖੀਰ ਉਸ ਡੁੱਬਦੀ ਕਿਸ਼ਤੀ ਛਾਲ ਮਾਰ ਗਏ ਤੇ ਇਸ ਕਰਕੇ ਇਹ ਤਾਂ ਗੱਲਾਂ ਹੀ ਚਲਦੀਆਂ ਵੀ ਰਹਿਣੇ ਚਾਹੀਦੀਆਂ ਬਿੱਟੂ ਜੀ ਇੱਕ ਗੱਲ ਹੋਰ ਦੱਸ ਇੱਕ بڑا ਸੋਡੇ ਬਾਰੇ ਕਿਹਾ ਜਾਂਦਾ ਵੀ ਰਵਨੀਤ ਬਿੱਟੂ ਦਾ ਪਤਾ ਨਹੀਂ ਲੱਗਦਾ ਬੰਦ ਵਿੱਚ ਤੋਲੇ ਬੰਦੇ ਵਿੱਚ ਮਾਸੇ ਬਿਆਨ ਬੜੇ ਬਦਲਦੇ ਹੋ ਬੜਾ ਕਮਾ ਕੇ ਗੱਲ ਕਰਦੇ ਹੋ ਸਿਆਸਤ ਹੀ ਇਹ ਹੈ ਹੂੰ ਜੇ ਇਹਦੇ ਵਿੱਚ ਸਿੱਧੀ ਗੱਲ ਕਰਤੀ ਹੂੰ ਤੇ ਫਿਰ ਇਹ ਪੋਲਿਟਿਕਸ ਕਾਦੀ ਹੋਈ ਫਿਰ ਬੀਜੇਪੀ ਵੀ ਸਿਆਸਤ ਬਦਲ ਸਕਦੀ ਹੈ ਪੰਜਾਬ ਦੀ ਸਾਨੂੰ ਵੀ ਪਤਾ ਹੈਗਾ ਅਸਲ ਤਾਂ ਆਕਰਮੂ ਦਾ ਸੱਤਾ ਦੀ ਖੇਡ ਹੈ ਨਾ ਪਾਵਰ ਦੀ ਰਾਜਨੀਤੀ ਹੈ ਇਹੋ ਕੋਈ ਸ਼ੱਕ ਨਹੀਂ ਇਹ ਜੇ ਥੋੜ ਦੇਖੋ ਸੱਤਾ ਦੀ ਪਾਵਰ ਦੀ ਕਿਉਂ ਆ ਹੂੰ ਜੇ ਤੁਸੀਂ ਕੁਝ ਬਣ ਕੇ ਹੂੰ ਲੋਕਾਂ ਦਾ ਕੁਝ ਕਰ ਹੀ ਨਹੀਂ ਸਕਦੇ ਫਿਰ ਉਹ ਬਣਨ ਦਾ ਕੀ ਫਾਇਦਾ ਇਸ ਕਰਕੇ ਸੱਤਾ ਦੀ ਖੇਡ ਤਾਂ ਹੈਗੀ ਆ ਜੇ ਤੁਸੀਂ ਸੱਤਾ ਦੇ ਵਿੱਚ ਤੁਹਾਡੀ ਜੀਐਮਐਲਏ ਜਿਹੜਾ ਕਿਉਂ ਭੱਜੇ ਐਨਐਮਐਲਏ ਆਮ ਆਦਮੀ ਪਾਰਟੀ ਦੇ ਜਿਹੜੇ ਅੰਤ ਤੋਂ ਵੱਧ ਐਮਐਲਏ ਛੱਡ ਕੇ ਭੱਜ ਗਏ ਕਿਉਂ ਭੱਜੇ ਕਿਉਂਕਿ ਸੱਤਾ ਤੋਂ ਬਗੈਰ ਕੋਈ ਕੰਮ ਨਹੀਂ ਹੁੰਦਾ ਤੇ ਉਹਨਾਂ ਨੂੰ ਦੇਖਦਾ ਵੀ ਨਾਲ ਦਾ ਕਾਂਗਰਸ ਦਾ ਐਮਐਲਏ ਭਾਈ ਉਹ 500 ਕਰੋੜ ਲਿਆ ਮੈਂ ਕਿਤੇ ਵਿਹਲਾ ਬੈਠਾ ਮਾਰ ਮਾਰ ਛਾਲ ਮੇਰੇ ਸ਼ੇਰ ਜੱਫੀਆਂ ਹੀ ਪਾ ਗਏ ਇਸ ਚੰਨੀ ਨੂੰ ਭਾਸ਼ਣ ਕਰਦੇ ਨੂੰ ਤੇ ਇਸ ਕਰਕੇ ਇਹ ਤਾਂ ਗੱਲ ਸੱਚੀ ਆ 24 ਤੱਕ ਫਿਰ ਤੁਸੀਂ ਵੀ ਕਰ ਦੋਗੇ ਪਰ ਪਰ ਮੇਰੇ ਯਾਰ ਦਾ ਸਖਸ਼ ਕਿਤੇ ਰਾਹ ਨਹੀਂ ਨਾ ਮੈਂ ਐਵੇਂ ਝੂਠ ਬੋਲਾਂ ਤੁਹਾਨੂੰ ਜਿਹੜੇ ਸਰਦਾਰ ਬਿਆਨ ਸਿੰਘ ਜੀ ਨੇ ਇਸ ਪਾਰਟੀ ਲਈ ਟੁਕੜੇ ਟੁਕੜੇ ਡੋਲ ਮੈਂ ਮੈਨੂੰ ਮੈਂ ਦੱਸੋ ਤਾਂ ਸਹੀ ਨਾ ਵੀ ਕਿਸ ਪਾਸੇ ਜਾ ਸਕਦਾ ਮੈਂ ਉਹ ਕੀ ਕਹਿਣਗੇ ਤੇ ਕੀ ਲੋਕ ਕਹਿਣਗੇ ਮੈਨੂੰ ਇਹ ਗੱਲਾਂ ਬੜੀਆਂ ਐ ਜਿਹੜੀਆਂ ਦੇਖਣੀਆਂ ਪੈਂਦੀਆਂ ਸੋਚਣੀਆਂ ਪੈਂਦੀਆਂ ਜੀ ਇੱਕ ਜਾਂਦੇ ਜਾਂਦੇ लास्ट ਸਵਾਲ ਮੈਂ ਇੱਕ ਹੋਰ ਲੂੰਗਾ लास्ट ਸਵਾਲ ਆ ਕਿਸਾਨਾ ਨੇ ਪਾਰਟੀ ਬਣਾਈ ਹੈ ਕਿਵੇਂ ਦੇਖਦੇ ਹੋ ਮੁੱਖ ਮੰਤਰੀ ਦਾ ਚਿਹਰਾ ਛੋਡੇ ਗਵੰਢੀ ਨੇ ਛੋਡੇ ਜ਼ਿਲ੍ਹੇ ਦੇ ਨੇ ਰਾਜੇਵਾਲ ਸਾਹਿਬ ਕੀ ਲੱਗਦਾਗਾ ਪਾਰਟੀ ਵੀ ਰਜਿਸਟਰ ਹੋਗੀ ਚੋਣਾਂ ਚ ਮੇਰੇ ਦਾ ਆਪ ਸਕੇ मामੇ ਹੂੰ ਰਾਜਵੰਦ ਸਿੰਘ ਕੂਨਰ ਜਤਿੰਦਰ ਸਿੰਘ ਕੂਨਰ ਜੀ ਉਹ ਕਾਂਗਰਸ ਤੋਂ ਉੱਤੇ ਹੋ ਕੇ ਹੂੰ ਇੱਕ ਉਹਨਾਂ ਨੇ ਫੈਸਲਾ ਕਰ ਲਿਆ ਵੀ ਅਸੀਂ ਭਾਈ ਮੇਰੇ ਸਕੇ ਦੋ मामੇ ਆ ਦੋਨਾਂ ਨੇ ਵੀ ਅਸੀਂ ਇਹਨਾਂ ਦੀ ਮਦਦ ਕਰਾਂਗੇ ਪਰ ਮੈਂ ਤੁਹਾਨੂੰ ਯਾਦ ਹੋਣਾ ਮੈਂ ਇਸ ਕੱਲੋਂ ਮਰਨੋਂ ਵੀ ਬਚਿਆ ਇਨਾਂ ਨੇ ਹਮਲੇ ਵੀ ਕਰਾਏ ਹਜੇ ਕਿ ਉਹ ਦਿੱਲੀ ਪਰ ਕਿਹੜਾ ਮੈਂਬਰ ਪਾਰਲੀਮੈਂਟਾ ਜਿਹੜਾ ਇੱਕ ਸਾਲ ਤੁਸੀਂ ਵੀ ਉੱਥੇ ਜਾਂਦੇ ਰਹੇ ਹੋ ਲੋਕਾਂ ਨੂੰ ਇਹ ਸੀ ਵੀ ਇਹ ਡਰਾਮਾ ਕਰਦੇ ਆ ਫੋਟੋ ਖਿਚਾਉਂਦੇ ਆ ਇਹ ਕਿਹਾ ਸੀ ਵਚਨ ਦਿੱਤਾ ਸੀ ਵੀ ਇੱਕ ਦਿਨ ਬਾਅਦ ਚ ਜਾਵਾਂਗੇ ਜਿੱਦਣ ਕਿਸਾਨ ਜਿੱਤ ਕੇ ਰਿਓ ਜਾਣਗੇ ਦੋ ਦਿਨਾਂ ਬਾਅਦ ਉੱਠੇ ਤਿੰਨ ਐਮਪੀ ਅਸੀਂ ਬੈਠੇ ਜੀਰਾ ਸਾਹਿਬ ਸੀ ਇੱਕ ਚਲੋ ਉਹ ਗੱਲ ਅਲੱਗ-ਗੱਲ ਪਰ ਮੈਂ ਪਹਿਲੇ ਦਿਨੇ ਇਹ ਗੱਲ ਕਹਿਤੀ ਸੀ ਵੀ ਇਹ ਲੋਕ ਨੇ ਜਿਹੜੇ ਇਹ ਆਪਣੀ ਜ਼ਮੀਨ ਖਾਤਰ ਆਪਣੀ ਅਗਲੀ ਜਨਰੇਸ਼ਨ ਪੀੜ੍ਹੀ ਖਾਤਰ ਉਹਨੂੰ ਬਚਾਉਣ ਆਏ ਹੋਏ ਆ ਇਹ ਕਿਸੇ ਲੀਡਰ ਦੇ ਨਾਲ ਨਹੀਂਗੇ ਹਾਂ ਲੋਕ ਜੇ ਨਾਲ ਕਿਸੇ ਦੇ ਹੈਗੇ ਤਾਂ ਉਹ ਉਗਰਾਹਾ ਸਾਹਿਬ ਨਾਲ ਨਹੀਂ ਉਹ ਇੱਕ ਬੰਦਾ ਏ ਜਿਹਦੀ ਮੈਂ ਇੱਜ਼ਤ ਵੀ ਕਰਦਾ ਤੇ ਜਿਹਨੇ ਕਦੇ ਫालतू ਗੱਲ ਨਹੀਂ ਕੀਤੀ ਕਦੇ ਉਹਨੇ ਗੀਤਕਾਰ ਨਹੀਂ ਇਕੱਠੇ ਕੀਤੇ ਕਦੇ ਉਹਨੇ ਸਾਬਕਾ ਆਈਐਸ ਐਨਜੀਓ ਐਨਆਰਆਈ ਨਹੀਂ ਇਕੱਠੇ ਕੀਤੇ ਕਦੇ ਉਹਨੇ ਪੈਸਾ ਨਹੀਂ ਇਕੱਠਾ ਕੀਤਾ ਚਲੋ ਜੇ ਇਹਨੇ ਕਰ ਵੀ ਲਏ ਸਾਨੂੰ ਕਹਾ ਡਰਾਂ ਤੁਸੀਂ ਐ ਬਹੁਤ ਉਹਨਾਂ ਨੇ ਉਹਨਾਂ ਨੇ ਜੇ ਰਾਜੀਵਾਲ ਸਾਹਿਬ ਵੀ ਤੁਸੀਂ ਗੱਲ ਕਰਦੇ ਹੋ ਵੀ ਜਿਨ੍ਹਾਂ ਨੇ ਕਰ ਵੀ ਲਏ ਬਈ ਛੇਣਾ ਬੰਦਾ ਸ਼ੁਰੂ ਤੋਂ ਹੀ ਤੁਸੀਂ ਜਾ ਕੇ ਉਹਨਾਂ ਦੇ ਸ਼ੈਲਰ ਦੇਖੋ ਤੁਸੀਂ ਉਹਨਾਂ ਦੇ ਜਾ ਕੇ ਆੜਤ ਦਾ ਕੰਮ ਦੇਖੋ ਮੈਂ ਲੋਕਾਂ ਨੂੰ ਕਿਉਂ ਗਮਰਾਹ ਕਰਦੇ ਹਾਂ ਲੋਕਾਂ ਨੂੰ ਕਿਉਂ ਕਹਿੰਦੇ ਇੱਥੇ ਡੈਕ ਕਰ ਦਿਓ ਜੀ ਬੰਦ ਨੌਜਵਾਨਾਂ ਨੂੰ ਭਾਜੋ ਲੋਕਾਂ ਨੂੰ ਕਿਉਂ ਕਹਿੰਦੇ ਇੱਥੇ ਨਿਸ਼ਾਨ ਸਾਹਿਬ ਨਾ ਲਾਓ ਜੀ ਭਾਜੋ ਵੀ ਕਿਸੇ ਨੂੰ ਮੈਂ ਦੇਖੋ ਹੁਣ ਤੁਸੀਂ ਇਹ ਗੱਲ ਕੀਤੀ ਇਸ ਗੱਲ ਤੇ ਤਾਂ ਮੈਨੂੰ ਅੱਗ ਲੱਗ ਜਾਂਦੀ ਆ ਮੈਂ ਕੱਪੜਿਆਂ ਤੋਂ ਬਾਹਰੋਂ ਕਿਉਂ ਕਿਉਂਕਿ ਤੁਸੀਂ ਕਿਸੇ ਨੂੰ ਸਟੇਜ ਤੇ ਚੜ੍ਹਣ ਨਹੀਂ ਦਿੱਤਾ ਕਿਸੇ ਸਿਆਸੀ ਬੰਦੇ ਨੂੰ ਕਿਸੇ ਸਿਆਸੀ ਪਾਰਟੀ ਨੂੰ ਜੇ ਅਗਲਾ ਉਹ ਵੀ ਆਉਣਾ ਚਾਹੁੰਦੇ ਕਿਉਂ ਕਿਸਾਨ ਵੀ ਕਿ ਤੁਸੀਂ ਉਹਨੂੰ ਕਟਾਇਆ ਤੁਸੀਂ ਉਹਦੇ ਹੂਟਿੰਗ ਕੀਤੀ ਤੁਸੀਂ ਉਹਦੇ ਮਗਰ ਪਾਇਆ ਤੇ ਫਿਰ ਅੱਜ ਕੀ ਤੁਹਾਨੂੰ ਹੱਕ ਬਣਦਾ ਤੁਸੀਂ ਸਿਆਸਤ ਕਰੋ ਅੱਜ ਸਾਰੇ ਕਿਸਾਨ ਮੈਂ ਵੀ ਕਹਿੰਦਾ ਜੇ ਸਾਰੇ ਜਿਹੜੀ ਸਾਰੇ ਕਿਸਾਨ ਯੂਨੀਅਨ ਕੀ ਉਹ ਸੰਸ ਕਹਿੰਦੇ ਸਾਂਯੁਕਤ ਮੋਰਚਾ ਸਾਂਯੁਕਤ ਮੋਰਚਾ ਫੈਸਲਾ ਲੈ ਲੈਂਦਾ ਮੈਂ ਮੰਨਣ ਨੂੰ ਤਿਆਰ ਸੀ ਹੂੰ ਪਹਿਲਾਂ ਰਹਿ ਗਏ 12 22 ਹੁਣ ਰਹਿ ਗਏ 11 ਹੂੰ 11 ਤੋਂ ਵੀ ਭੱਜ ਗਏ ਤੇ ਇਸ ਕਰਕੇ ਹੁਣ ਕੱਲ ਹੀ ਇੱਕ ਕੈਂਡੀਡੇਟ ਮੈਨੂੰ ਅਫਸੋਸ ਹੋਇਆ ਮੈਂ ਕਿਹਾ ਯਾਰ ਇਹ 9 ਕਿਸਾਨਾਂ ਦਾ ਲੱਗ ਰਿਹਾ ਮਜ਼ਦੂਰਾਂ ਦਾ ਲੱਗ ਰਿਹਾ ਇੱਕ ਕੈਂਡੀਡੇਟ ਸੈਂਟਰਲ ਹਰਕੇ ਦਾ ਲੁਧਿਆਣੇ ਦਾ ਹੂੰ ਉਹ ਕਹਿੰਦਾ ਜੀ ਮੈਂ ਹੁਣੀ ਬੈਠਣਾ ਹੱਕ ਚ ਕਾਂਗਰਸ ਦੇ ਜੁਆਇਨ ਕਰਾਉ ਮੈਂ ਮੈਂ ਸ਼ਰਮ ਦਾ ਮਾਰਾ ਜੁਆਇਨ ਕਰਾਉਣ ਨਹੀਂ ਗਿਆ ਉਹਨੂੰ ਉਹ ਕਰ ਗਏ ਜੋਇਨ ਵੈਸੇ ਹੋਰ ਮੰਤਰੀ ਸਾਹਿਬ ਨੇ ਸਾਡੇ ਕਰਾ ਲਿਆ ਪਰ ਮੈਨੂੰ ਦੁੱਖ ਲੱਗਿਆ ਵੀ ਯਾਰ ਇਹ ਕਿਸਾਨਾਂ ਦੇ ਨਾਂ ਤੇ ਮਜ਼ਦੂਰਾਂ ਦੇ ਪਾਰਟੀ ਬਣਾ ਕੇ ਅਜਿਹੇ ਜਿਹੇ ਬੰਦੇ ਇਹਨਾਂ ਨੇ ਖੜੇ ਕਰਤੇ ਸਿਰਫ ਸੱਤਾ ਦੇ ਲਾਲਚ ਚ ਵੀ ਅੱਜ ਉਹ ਬਹਿ ਰਹੇ ਆ ਭੱਜ ਰਹੇ ਆ ਕੈਂਡੀਡੇਟ ਹੀ ਨਹੀਂਗੇ ਜੇ ਅੱਜ ਰਾਜੀਆਤ ਸਾਹਿਬ ਦੀ ਵੀ ਕੈਂਪੇਨ ਬਿਲਕੁਲ ਅੱਜ ਜਾ ਕੇ ਤੁਸੀਂ ਜ਼ਰੂਰ ਜਾਇਓ ਜਾਣਾ ਜਾਉਂਗੇ ਤੁਸੀਂ ਤੁਸੀਂ ਜਾ ਕੇ ਦੌਰਾ ਕਰਿਓ ਮੇਰਾ ਜ਼ਿਲ੍ਹਾ ਏ ਨਾਲ ਇਲੈਕਸ਼ਨ ਲੜ ਰਹੇ ਆ ਮੇਰੇ ਮਾਮਾ ਜੀ ਦਾ ਹੀ ਬੇਟਾ ਉੱਥੇ ਤੁਸੀਂ ਦੇਖਿਓ ਅੱਜ ਕੈਂਪੇਨ ਤੀਜੇ ਨੰਬਰ ਤੇ ਚੱਲ ਰਹੀ ਆ ਅੱਜ ਤੀਜੇ ਤੇ ਵੀਸ਼ਰ ਚੌਥੇ ਤੇ ਹੋਵੇ ਕੋਈ ਗੱਲ ਹੀ ਨਹੀਂ ਕੋਈ ਮੁੱਦਾ ਹੀ ਨਹੀਂ ਅੱਜ ਤੱਕ ਚੂੜ ਨਿਸ਼ਾਨੀ ਜੇ ਲੜਨਾ ਸੀ ਇਲੈਕਸ਼ਨ ਕੋਈ ਤਿਆਰੀ ਕਰਕੇ ਲੜਦੇ ਖੁਸ਼ੀ ਹੁੰਦੀ ਕੋਈ ਪਤਾ ਲੱਗਦਾ ਵੀ ਹਾਂ ਕੋਈ ਕੋਈ ਮਾਡਲ ਲੈ ਕੇ ਜਾ ਰਹੇ ਆ ਕੋਈ ਗੱਲ ਕਰਕੇ ਜਾ ਰਹੇ ਆ ਅੱਜ ਕੋਈ ਮਤਲਬ ਲੋਕੀ ਜਿਹੜੇ ਨੇ ਉਹ ਮੈਂ ਤੁਹਾਨੂੰ ਉਸ ਵੇਲੇ ਵੀ ਕਹਿੰਦਾ ਸੀ ਵੀ ਉਰੇ ਬੈਠੇ ਲੋਕਾਂ ਨੂੰ ਨਾ ਦੇਖੋ ਜਿੱਦਣ ਲੋਕ ਪੰਜਾਬ ਚਲੇ ਗਏ ਪੰਜਾਬ ਲੋਕਾਂ ਨੇ ਆਪਣੇ ਆਪਣੀ ਪਾਰਟੀ ਆਪਣੇ ਆਪਣੀ ਕੇਡਰ ਨਾਲ ਆਪਣੇ ਆਪਣੇ ਪਰਿਵਾਰਾਂ ਨਾਲ ਮੁੜ ਜਾਣਾ ਹੈ ਅਜੋ ਗੱਲ ਹੋ ਗਈ ਅੱਜ ਤੁਸੀਂ ਦੇਖ ਰਹੇ ਹੋ ਕਿਤੇ ਕਿਸੇ ਕੈਂਡੀਡੇਟ ਨੂੰ ਕੋਈ ਕਿਸਾਨ ਜਿਹੜਾ ਜਿਹੜੇ ਆ ਜਿਹੜੇ ਹੁਣ ਆਪਾਂ ਥੱਲੇ ਦੇਖੇ ਆ ਇਹ ਕੀ ਸੀ ਇਹ ਕੀ ਸੀ ਇਹ ਕਿਸਾਨ ਤੇ ਮਜ਼ਦੂਰ ਹੀ ਸੀ ਜੀ ਤੇ ਅੱਜ ਮੈਂ ਤਿੰਨ بڑے ਪ੍ਰੋਗਰਾਮ ਕੀਤੇ ਉੱਥੇ ਕਿਸਾਨ ਤੇ ਮਜ਼ਦੂਰ ਹੀ ਸੀ ਇਸ ਕਰਕੇ ਇਹਨਾਂ ਨੇ ਸਾਰੀ ਗੱਲ ਖਰਾਬ ਕਰਤੀ ਅੱਜ ਬੀਜੇ ਦੇ ਬੀਜੇਪੀ ਦੇ ਕੈਂਡੀਡੇਟ ਵੀ ਖੁੱਲੇ ਆਮ ਘੁੰਮ ਰਹੇ ਆ ਕਿਉਂ ਘੁੰਮ ਰਹੇ ਆ ਕਿਉਂਕਿ ਗੱਲ ਹੀ ਖਤਮ ਕਰਦੇ ਜੇ ਪੰਜਾਬ ਦੀ ਗੱਲ ਕਰਦੇ ਆ ਸਭ ਤੋਂ ਹੌਟ ਸੀਟ ਅੰਮ੍ਰਿਤਸਰ ਦੀ ਜੇ ਗੱਲ ਕਰਦੇ ਆ ਜਿੱਥੇ ਮਜੀਠੀਆ ਵਰਸੀ ਜਿਆ ਸਿੱਧੂ ਹੋ ਰਿਹਾਗਾ ਮੈਂ ਕਹਾਂ ਦੀ ਐਨ ਕੁੰਡੀਆਂ ਦੇ ਸਿੰਘ ਫਸੇ ਆ ਕੌਣ ਨਿਤਰੂ ਫਿਰ ਬੜੀ ਐਵੇਂ ਖਾਣੀ ਹੂੰ ਕੌਣ ਹੋ ਉਹ ਉਹ ਤਾਂ ਹੁਣ ਰਿਜ਼ਲਟ ਕਿਦਣਾ ਹੂੰ 10 ਨੂੰ ਕਿਦੋਂ 10 ਨੂੰ ਪਤਾ ਲੱਗੂ ਮਾਰਚ ਮਾਰਚ ਤੁਸੀਂ ਕਿਹਦੀ ਸਪੋਰਟ ਕਰ ਰਹੇ ਹੋ ਦੇਖੋ ਮੇਰੇ ਉੱਥੇ ਬੜੇ ਆਪ ਦੇ ਯੂਥ ਕਾਂਗਰਸ ਦੇ ਮੇਰੇ ਸਾਥੀ ਨੇ ਹੂੰ ਦਿਨੇਸ਼ ਬਸੀ ਜੀ ਜਿਹੜੇ ਕਿ ਇੰਪਰੂਵਮੈਂਟ ٹرسٹ ਦੇ ਚੇਅਰਮੈਨ ਵੀ ਜੀ ਉੱਥੇ ਦਿਨੇਸ਼ ਬਸੀ ਰਹੇ ਹੂੰ ਤੇ ਮਨਾ ਰਹੇ ਆ ਕੋਸ਼ਿਸ਼ ਕਰ ਰਹੇ ਆ ਕਿਉਂਕਿ ਸਿੱਧੂ ਸਾਹਿਬ ਜਿੱਦਨ ਪ੍ਰਧਾਨ ਬਣੇ ਹੂੰ ਉਹਨੂੰ ਕਾਂਗਰਸ ਨੇ ਉਹਨਾਂ ਨੂੰ ਸੀਟ ਦੇਣੀ ਸੀ ਉਹਨਾਂ ਦੀ ਪਹਿਲੀ ਚੇਅਰਮੈਨ ਜੇ ਸਿੱਧੂ ਸਾਹਿਬ ਨੇ ਉਹਨਾਂ ਨੂੰ ਲਾ ਕੇ ਬਣਾਇਆ ਦਿਨੇਸ਼ ਬਸੀ ਨੂੰ ਤੇ ਉਹਨੂੰ ਲਾਇਆ ਹਮ ਅੱਜ ਉਹ ਸੀਟਾਂ ਤੇ ਉਹਨਾਂ ਨੂੰ ਮਨਾ ਰਹੇ ਆ ਕੋਸ਼ਿਸ਼ ਕਰ ਰਹੇ ਆ ਹਮ ਹੋਰ ਲੋਕ ਬੜੇ ਨਾਰਾਜ਼ ਨੇ ਉਹਨਾਂ ਨੂੰ ਕੋਸ਼ਿਸ਼ ਕਰ ਰਹੇ ਆ ਵੀ ਭਾਈ ਹੁਣ ਥੋੜਾ ਜਿਹਾ ਮੁਕਾਬਲਾ ਔਖਾ ਹੋ ਗਿਆ ਸਾਰੇ ਮਦਦ ਕਰੋ ਕੋਸ਼ਿਸ਼ ਕਰੋ ਜੀ ਕਾਂਗਰਸ ਪਾਰਟੀ ਹੈ ਕਾਂਗਰਸ ਪਾਰਟੀ ਦੇ ਤਾਂ ਦੇਖੋ ਚਾਹੇ ਕਰਲ ਚ ਕੋਈ ਕੈਂਡੀਡੇਟ ਖੜਾ ਹੋਵੇ ਚਾਹ ਜੰਮੂ ਕਸ਼ਮੀਰ ਲਈ ਲਦਾਖ ਖੜਾ ਹੋਵੇ ਉਹ ਤਾਂ ਗੱਲ ਹੱਥ ਪੰਜੇ ਦੀ ਕਰਨੀ ਆ ਉਸ ਤੋਂ ਬਾਅਦ ਉਹ ਕੈਂਡੀਡੇਟ ਦਾ ਚਿਹਰਾ ਤਾਂ ਦੇਖਣਾ ਨਹੀਂਗਾ ਉਹਦਾ ਹੱਥ ਪੰਜਾ ਦੇਖਣਾ ਜੀ ਬਿੱਟੂ ਜੀ ਸਮਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਤੁਹਾਡਾ ਧੰਨਵਾਦ ਤੁਸੀਂ ਥੋੜਾ ਮੈਂ ਸਮਝਦਾ ਇਸ ਵੇਲੇ ਤੁਹਾਨੂੰ ਟਾਈਮ ਵੀ ਲੱਗ ਗਿਆ ਮੈਂ ਉਸ ਗੱਲ ਦੀ ਤੁਹਾਨੂੰ ਮਾਫੀ ਵੀ ਚਾਹਣਾ ਤੇ ਬਾਰ ਬਾਰ ਤੁਸੀਂ ਸਮਾਂ ਦਿਓ ਇਹ ਤੁਹਾਨੂੰ ਜ਼ਰੂਰ ਗੁਜਾਰਿਸ਼ ਕਰਾਂਗੇ ਧੰਨਵਾਦ ਸੋ ਏ ਸੀ ਰਵਨੀਤ ਸਿੰਘ ਬਿੱਟੂ ਕਾਂਗਰਸ ਦੇ ਵੱਡੇ ਨਾਮ ਨੇ ਸੋ ਇਹਨਾਂ ਨੇ ਬੜੀਆਂ ਗੱਲਾਂ ਕਲੀਅਰ ਵੀ ਕਰ ਦਿੱਤੀਆਂ ਤੇ ਬੜੀਆਂ ਤੇ ਪਾਸਾ ਵੀ ਵਟ ਗਏ ਪਰ ਇਹ ਆਉਣ ਵਾਲਾ ਜਿਹੜਾ ਵਕਤ ਆ ਉਹ ਆਉਣ ਵਾਲੇ ਵਕਤ ਨੇ ਦੱਸ ਰਾਂਗਾ ਵੀ ਕਾਂਗਰਸ ਦੀ ਝੋਲੀ ਜਿੱਤ ਪੈਂਦੀ ਆ ਕਾਂਗਰਸ ਦੀ ਸਰਕਾਰ ਬਣਦੀ ਆ ਜਾਂ ਫਿਰ ਇੱਕ ਵਾਰ ਫਿਰ ਵਿਰੋਧੀ ਧਿਰ ਵਾਲੇ ਪਾਸੇ ਕਾਂਗਰਸ ਬੈਂਦੀ ਆ ਜਲਦੀ ਹੀ ਮਿਲਾਂਗੇ ਕਿਸੇ ਹੋਰ ਸਿਆਸਤਦਾਨ ਦੇ ਨਾਲ ਹੁਣ ਆਪਣੇ ਦੋਸਤ ਰਤਨਦੀਪ ਸਿੰਘ ਢਾਲੀਵਾਲ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਆਰਐਮਬੀ ਟੈਲੀਵਿਜ਼ਨ ਧੰਨਵਾਦ ਜੀ